बापू जी ब्लाइंड ने जी अखां तो बहुत समय तो लंबे तो 10-12 साल तो देख रहे ने भैन जी हुणी। ते इहदे विच एक दिल्ली तो बजुर्ग जोड़ा आके रह रहा जी इस घर दे विच। घर दे हालातां तो तुसीं अंदाजा ला सकदे आस पास दे घरां तो देख के भी इस घर दे विच हालात किदां दे रहे होणगे। आंटी इह तुहाडे नाल बहुत रोने क्यों आंटी ऐ ना रो ना रो ना मेरी मां रो ना। वाहेगुरु जी का खालसा वाहेगुरु जी की फतेह जी। सॉरी डिस्टर्ब हुए क्योंकि कनैक्शन वीक आवाज़ नहीं सी आ रही। असी पटियाले शहर च खड़े हैं जी अर्बन स्टेट फेस 1 दे विच एल आई जी फ्लैट ने इह क्वार्टर ने छोटे छोटे हुण तां वड्डे दो दो तीन तीन क्वार्टर एक बंदे ने खरीद के कोठियां बना लईआं इहदियां। किसे टाइम इह विडोज वास्ते जिहड़े उत्थों दिल्ली तों दंगे हुए सी सिख दंगे उहदे विच जिहड़े विक्टम सी उहनां नूं इह अलॉट होईआं सीगे छोटे छोटे प्लॉट छोटे छोटे क्वार्टर। ਤੇ ਇਹਦੇ ਵਿੱਚ ਇੱਕ ਦਿੱਲੀ ਤੋਂ ਬਜ਼ੁਰਗ ਜੋੜਾ ਆ ਕੇ ਰਹਿ ਰਿਹਾ ਜੀ ਇਸ ਘਰ ਦੇ ਵਿੱਚ। ਘਰ ਦੇ ਹਾਲਾਤਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆਸ ਪਾਸ ਦੇ ਘਰਾਂ ਤੋਂ ਦੇਖ ਕੇ ਵੀ ਇਸ ਘਰ ਦੇ ਵਿੱਚ ਹਾਲਾਤ ਕਿੱਦਾਂ ਦੇ ਰਹੇ ਹੋਣਗੇ। ਜਿਹੜੇ ਬਜ਼ੁਰਗ ਨੇ ਕੀ ਨਾਂ ਜੀ ਉਹਨਾਂ ਦਾ? ਬਾਪੂ ਜੀ ਬਲਾਈਂਡ ਨੇ ਜੀ ਅੱਖਾਂ ਤੋਂ ਬਹੁਤ ਸਮੇਂ ਤੋਂ ਲੰਬੇ ਤੋਂ 10-12 ਸਾਲਾਂ ਤੋਂ ਤਾਂ ਦੇਖ ਰਹੇ ਨੇ ਭੈਣ ਜੀ ਹੁਣੀ। ਤੇ ਉਹਨਾਂ ਦੇ ਵਾਈਫ ਨੇ ਜਿਹੜੇ ਉਹ ਹੁਣ ਪਿਛਲੇ ਸਾਲ ਵੱਧ ਹੋ ਗਏ 2 ਸਾਲ ਤੋਂ ਬੈੱਡ ਤੇ ਪਏ ਨੇ। ਉਹਨਾਂ ਦਾ ਚੂਲਾ ਟੁੱਟਿਆ ਹੋਇਆ ਹੁਣ ਬੈੱਡ ਸੋਲ ਹੋ ਗਏ ਨੇ। ਘਰ 'ਚ ਦੋਨੋਂ ਹੀ ਨੇ। ਬੱਚਾ ਸੀ ਇੱਕ ਛੋਟਾ ਜਿਹਾ ਹੋ ਕੇ 4 ਸਾਲ ਦੇ ਬੱਚੇ ਦੀ ਡੈਥ ਹੋ ਗਈ ਸੀ। ਅਤੇ ਨਾ ਕੋਈ ਪਰਿਵਾਰ ਦਾ ਮੈਂਬਰ ਆ ਨਾ ਕੋਈ ਭਰਾ ਨਾ ਕੋਈ ਭੈਣ ਕੋਈ ਨਹੀਂ। ਬੜੀ ਮੁਸ਼ਕਿਲ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਆ। ਭੈਣ ਜੀ ਹੁਣਾਂ ਨੇ ਸਾਨੂੰ ਦੱਸਿਆ ਸੀ ਜਗਦੀਪ ਵੀਰੇ ਹੁਣੀ ਸਾਡੀ ਟੀਮ ਦੇ ਮੈਂਬਰ ਨੇ ਰਾਣੀ ਭੈਣ ਹੁਣੀ ਇਹ ਨਾਲ ਆਏ ਨੇ। ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਇਹ ਹੋਮ ਡਿਲੀਵਰੀ ਦੇਣ ਲਈ ਆਏ ਸੀ। ਵੀਰ ਜੀ ਤੁਸੀਂ ਅੱਗੇ ਵੀ ਦੇ ਕੇ ਜਾਂਦੇ ਹੋਮ ਡਿਲੀਵਰੀ? ਬਾਪੂ ਜੀ ਸਤਿ ਸ਼੍ਰੀ ਅਕਾਲ। ਉਹ ਠੀਕ ਹੋ ਬਾਪੂ ਜੀ? ਸਤਿ ਸ਼੍ਰੀ ਅਕਾਲ ਵੀਰ ਜੀ। ਅੱਛਾ ਲਿਆ ਦਿੰਦੇ ਨੇ ਹੋਮ ਡਿਲੀਵਰੀ ਦੇਣ ਆਏ ਸੀ ਹਾਂ ਜੀ। ਠੀਕ ਹੈ ਰਾਸ਼ਨ ਦੇ ਕੇ ਚੱਲੇ ਤੁਸੀਂ? ਠੀਕ ਹੈ ਜੀ ਤੁਹਾਡੀ ਇੱਥੇ ਸ਼ੋਪ ਹੈ ਜੀ। ਥੈਂਕ ਯੂ ਬਾਪੂ ਜੀ। ਅਸੀਂ ਲੁਧਿਆਣੇ ਤੋਂ ਆਏ ਹਾਂ ਜੀ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਨਾ। ਤੁਹਾਡਾ ਕੀ ਨਾਮ ਹੈ ਜੀ? ਸਰਬਜੀਤ ਸਿੰਘ ਜੀ। ਕਿੰਨੇ ਸਮੇਂ ਤੋਂ ਬਲਾਈਂਡ ਹੋ ਤੁਸੀਂ? ਮੈਂ ਤਾਂ ਹੈਗਾ ਕਹਿਣਾ 20 ਸਾਲ ਤੋਂ ਪੈਣਾ। 20 ਸਾਲ ਤੋਂ ਇਹਨਾਂ ਨੂੰ ਜਾਣਦੇ ਹੋ ਤੁਸੀਂ ਭੈਣ ਜੀ ਹੁਣਾਂ ਨੂੰ? ਵੀਰ ਜੀ ਛਵੀ ਦੀ ਮੰਮਾ। ਹਾਂਜੀ ਹਾਂਜੀ ਜਾਣਦੇ ਜਾਣਦੇ ਹੋ? ਆਪ ਅੰਦਰ ਬੈਠੀ ਹੈ? ਆਓ ਨਾ ਆਓ ਡਾਕਟਰ ਆਓ ਨਾ। ਆਂਟੀ ਜੀ ਕਿੱਥੇ ਨੇ? ਇੱਧਰ ਆ ਨਾ ਆ ਜਾਓ ਆਓ ਨਾ ਇੱਧਰ ਆਓ ਨਾ ਜੀ। ਦੇਖੋ ਅੱਜ ਦੇ ਸਮੇਂ 'ਚ ਸਰਕਾਰਾਂ ਦਾ ਜਿਹੜਾ ਬਣਦਾ ਹੱਕ ਵੈਲਫੇਅਰ ਦੇਣੀ ਬਜ਼ੁਰਗਾਂ ਨੂੰ ਸੀਨੀਅਰ ਸਿਟੀਜ਼ਨ ਨੂੰ ਉਹਨਾਂ ਨੂੰ ਮਾਣ ਸਤਿਕਾਰ ਭਰਿਆ ਜੀਵਨ ਮਿਲੇ। ਠੀਕ ਹੈ ਇਕੱਲੇ ਰਹਿ ਗਏ ਬੱਚਾ ਨਹੀਂ ਸੀਗਾ। ਠੀਕ ਹੈ ਕੋਈ ਪਰਿਵਾਰ ਰਿਸ਼ਤੇਦਾਰ ਨਹੀਂ ਖੜਦੇ ਕਿਉਂਕਿ ਜਦੋਂ ਮਾੜਾ ਸਮਾਂ ਆਉਂਦਾ ਉਦੋਂ ਕਿਸੇ ਦਾ ਵੀ ਨਹੀਂ ਖੜਦਾ ਕੋਈ ਵੀ। ਇਹ ਸਮਾਂ ਹੀ ਇੱਦਾਂ ਨਾਲ ਚੱਲਦਾ। ਅਤੇ ਪਰ ਤੁਸੀਂ ਦੇਖੋ ਇੱਕ ਅੱਖਾਂ ਤੋਂ ਬਲਾਈਂਡ ਬੰਦਾ ਫਿਜ਼ੀਕਲ ਡਿਸੇਬਲ ਆਪਣੀ ਵਾਈਫ ਨੂੰ ਅਜਗਦੀਪ ਵੀਰੇ ਫੜਿਓ ਦਰਵਾਜ਼ਾ ਕਿੱਦਾਂ ਸਫ਼ਰ ਕਰ ਰਿਹਾ ਹੋਊਗਾ ਹੈ ਨਾ। ਆਹ ਸਮਾਨ ਆ ਘਰ ਦੇ ਵਿੱਚ ਪਿਆ ਜੀ। ਕੀ ਫਤਿਹ ਆਂਟੀ ਠੀਕ ਹੋ? ਮੇਰਾ ਆਂਟੀ ਜੀ ਗੁਰਪ੍ਰੀਤ ਸਿੰਘ ਆ ਜੀ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਇੱਕ ਸੁਪਨਿਆਂ ਦਾ ਘਰ ਵਾਹਿਗੁਰੂ ਨੇ ਸਾਨੂੰ ਦਿੱਤਾ ਬਣਾ ਕੇ ਉੱਥੇ ਹਸਨਪੁਰ ਲੁਧਿਆਣੇ। ਉੱਥੇ ਅਸੀਂ 300 ਦੇ ਕਰੀਬ ਮੈਂਬਰ ਰਹਿੰਦੇ ਹਾਂ ਸਾਰੇ। ਅਸੀਂ ਉਹਨੂੰ ਸੁਪਨਿਆਂ ਦਾ ਘਰ ਕਹਿੰਦੇ ਹਾਂ ਜਿੱਥੇ ਬਜ਼ੁਰਗ ਨੇ ਤੁਹਾਡੇ ਵਾਂਗੂ ਮਾਵਾਂ ਵੀ ਆ ਭੈਣਾਂ ਵੀ ਆ ਬੱਚੇ ਵੀ ਆ ਬਜ਼ੁਰਗ ਬਾਪੂ ਵੀ ਆ ਨੌਜਵਾਨ ਵੀਰ ਵੀ ਆ ਭੈਣ ਬੱਚੇ ਵੀ ਆ ਛੋਟੇ। ਅਤੇ ਅਸੀਂ ਤੁਹਾਡੀ ਹੈਲਪ ਲਈ ਆਏ ਹਾਂ ਬਾਪੂ ਜੀ। ਇੱਥੇ ਆ ਜਾਓ ਬਾਪੂ ਜੀ ਅੱਗੇ ਤੁਸੀਂ ਆਹ ਬੈੱਡ 'ਤੇ ਆ ਜਾਓ ਬਾਪੂ ਜੀ। ਇੱਥੇ ਇੱਥੇ ਆਹ ਬੈੱਡ 'ਤੇ ਆ ਜਾਓ ਬਾਪੂ ਜੀ ਆਂਟੀ ਦੇ ਇੱਥੇ ਇੱਥੇ ਉਰੇ ਨੂੰ ਆ ਜਾਓ ਮੇਰੇ ਕੋਲ ਨੂੰ। ਬਾਪੂ ਜੀ ਨੂੰ ਦਿਖਾਈ ਨਹੀਂ ਦਿੰਦਾ ਬਿਲਕੁਲ ਹੀ ਟੋਟਲੀ ਬਲਾਈਂਡ ਨੇ। ਇੱਧਰ ਨੂੰ ਮੂੰਹ ਕਰਕੇ ਬੈਠ ਜਾਓ ਬਾਪੂ ਜੀ ਕੋਲ ਹੈ ਨਾ ਇਹਨਾਂ ਦੇ ਆਂਟੀ ਜੀ ਦੇ। ਅਤੇ ਬਾਪੂ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਹੋਰ ਹੈ ਜੀ? ਉਹ ਕਿੱਥੇ ਨੇ ਜੀ? ਓਕੇ ਆਏ ਸੀ ਇੱਥੇ ਕਦੇ? ਹੁਣ ਕਦੋਂ ਆ ਕੇ ਗਏ ਜੀ ਲਾਸਟ ਟਾਈਮ? ਦੋ ਸਾਲ ਪਹਿਲਾਂ ਆਏ ਸੀ? ਨਹੀਂ 2 ਸਾਲ ਪਹਿਲਾਂ ਨਹੀਂ, ਹੁਣ ਬਿਮਾਰ ਆਏ ਦੇਖਣ ਆਏ। ਓਕੇ ਜੀ, ਮਤਲਬ ਕਿੰਨਾ ਕੁ ਟਾਈਮ ਪਹਿਲਾਂ ਬਾਪੂ ਜੀ? 6 ਮਹੀਨੇ ਪਹਿਲਾਂ ਆਏ ਸੀਗੇ। ਠੀਕ ਹੈ ਬਾਪੂ ਜੀ। ਤੇ ਬੱਚਾ ਨਹੀਂ ਤੁਹਾਡੇ ਕੋਈ ਹੈਗਾ ਹੈ ਨਾ? ਕੀ ਗੱਲ ਹੋ ਗਈ ਸੀ ਉਹਨਾਂ ਨੂੰ? ਬਿਮਾਰ ਹੋ ਗਿਆ ਸੀ ਕਿਹੜਾ ਵੈਸੇ। ਅੱਛਾ ਜੀ, ਕਿੰਨੇ ਕਿੱਡੇ ਕੁ ਵੱਡੇ ਸੀ ਉਹ? ਓਕੇ, ਤੁਸੀਂ ਇੱਥੇ ਦਿੱਲੀ ਤੋਂ ਇੱਥੇ ਕਦੋਂ ਸ਼ਿਫਟ ਹੋਏ ਸੀ ਪੰਜਾਬ? ਹਾਂਜੀ ਹਾਂਜੀ ਹਾਂਜੀ। ਕਿੰਨਾ ਟਾਈਮ ਪਹਿਲਾਂ ਸ਼ਿਫਟ ਹੋਏ ਸੀ ਪੰਜਾਬ? ਹੋ ਗਿਆ ਆਪਣਾ 88 ਆਇਆ ਸਮੇਂ ਜੀ। 88 ਚ ਆਏ? 1984 ਜਦੋਂ ਰਾਈਟਸ ਹੋਏ ਸੀ ਉੱਥੇ ਦੰਗੇ ਹੋਏ ਸੀ? ਉੱਥੇ ਸੀਗਾ ਜੀ। ਉੱਥੇ ਸੀ ਉਦੋਂ? ਹਾਂ, ਸਾਡੀ ਦੁਕਾਨਾਂ ਸੀ ਕਿਹੜਾ, ਮੈਂ ਬ੍ਰਦਰ ਨਾਲ ਦੁਕਾਨ ਕਰਦਾ ਸੀ ਕਿਹੜਾ ਕੈਮ ਸੀ। ਹਾਂਜੀ ਭਾਈ, ਆਪ ਦੁਕਾਨ ਉਹ ਦੁਕਾਨ ਸਾਰ ਦੀ ਸੀ ਨੇ।
ਅੱਛਾ ਦੁਕਾਨਾਂ ਨੂੰ ਅੱਗ ਲਾਤੀ ਸੀ ਬ੍ਰਦਰ ਮੇਰਾ ਫਿਰ ਨਾਮੇ ਲੁਧਿਆਣੇ ਆ ਗਿਆ ਸੀਗਾ ਮਾਲ ਟਾਊਨ ਅੱਛਾ ਉੱਥੇ ਸ਼ਿਫਟ ਹੋ ਗਏ ਸੀ ਬ੍ਰਦਰ ਹੋ ਗਏ ਸਨ ਉਹ ਦੁਬਾਰਾ ਦਿੱਲੀ ਚਲੇ ਗਏ ਓਕੇ ਕਰੋਨਾ ਦੀ ਡੈਥ ਹੋ ਗਈ ਨਾ ਦੀ ਉਹ ਬ੍ਰਦਰ ਦੀ ਬ੍ਰਦਰ ਦੇ ਮਾਤਾ ਪਿਤਾ ਦੇ ਤਿੰਨ ਤਿੰਨ ਡੈਥ ਹੋ ਗਈ ਕਰੋਨਾ ਚ ਆ ਕਰੋਨਾ ਚ ਹਾਂਜੀ 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 ਅੱਛਾ ਤੁਹਾਡੇ ਮੰਮੀ ਤੁਹਾਡੇ ਡੈਡੀ ਤੇ ਤੁਹਾਡੇ ਭਰਾ ਕਰੋਨਾ ਚ ਆ ਲੁਧਿਆਣੇ ਜਾਂਦਾ ਉੱਥੇ ਜੇ ਕੋ ਦਿੱਲੀ ਦਾ ਹੋਇਆ ਹੁਣ ਸਾਲ ਬਾਅਦ ਦਿੱਲੀ ਹੋਇਆ ਤਾਂ ਹੁਣ ਕਰਾਂ ਪਿਛੇ ਕਰੋਨਾ ਦੀ ਡੈਥ ਹੋ ਗਈ ਨਾ ਦੀ ਠੀਕ ਹੈ ਜੀ ਗਿਆਰਵੀਂ ਪੜ੍ਹਨ ਤੋਂ ਬਾਅਦ ਫਿਰ ਤੁਹਾਡੀ ਮੈਰਿਜ ਕਿਹੜੇ ਸਨ ਚ ਹੋਈ ਜੀ ਮੈਰਿਜ ਮੇਰੀ ਹੋਈ 79 ਚ ਤੇ ਬੇਟਾ ਜਿਹੜਾ ਹੋਇਆ ਸੀ ਜੀ ਡੈਥ ਹੋ ਗਈ ਸੀ ਬੇਟਾ ਹੋਇਆ ਸੀ ਬੇਟਾ ਹੈਗਾ 80 ਚ 84 ਦੀ ਜੀ ਮਤਲਬ ਕਿ ਕਹਿੰਦਾ ਮੈਂ ਰਾਈਟ ਤੋਂ ਪਹਿਲੇ ਹੀ 2 ਮਹੀਨੇ ਤੇ ਮੈਨੇ ਅੱਛਾ ਉਧਰ ਗਿਆ ਉਹਦੀ ਡੈਥ ਹੋ ਗਈ ਮੈਂ ਨੰਬਰ ਕਹਿੰਦਾ ਸਤੰਬਰ ਗੁਰੇ ਅਗਸਤ ਗੁਰੇ ਸੀਗਾ ਅੱਛਾ ਮਾਰ ਸੀਗਾ ਕੋਸ ਸ਼ੁਰੂ ਤੋਂ ਵੀਕ ਸੀਗਾ 1984 ਨਵੰਬਰ ਦੇ ਵਿੱਚ ਰਾਈਟਸ ਹੁੰਦੇ ਆ ਅਗਸਤ ਜੀ ਅਗਸਤ ਗੁਜ਼ਰ ਗਿਆ ਅਗਸਤ ਜੀ ਗੁਜ਼ਰ ਗਿਆ 2 ਮਹੀਨੇ ਪਹਿਲਾਂ ਉਹ ਮਤਲਬ ਵੀਕ ਸੀ ਉਹ ਬੜਾ ਜਮਨ ਤੋਂ ਵੀਕ ਸੀ ਬੜਾ ਸੀਗਾ ਘਰ ਫਿਰ ਤੁਸੀਂ ਮੁੱਲ ਲੈ ਲਿਆ ਸੀ ਲੇਕਿਨ ਸਾਡਾ ਨਾਂ ਚੱਲਦਾ ਰਿਹਾ ਸਭ ਤੋਂ ਪਹਿਲਾਂ ਸਾਡੇ ਕੋਲ ਬਹੁਤ ਰਾਜਸਵ ਸੀਗਾ ਬੜਾ ਅੱਛਾ ਮਤਲਬ ਚੰਗੇ ਪੈਸੇ ਵੀ ਚੰਗੇ ਕਮਾਉਣਾ ਸੀ ਅੱਜ ਕੱਲ੍ਹ ਨਹੀਂ ਅਤੇ ਉਸ ਤੋਂ ਬਾਅਦ ਆਪਣੇ 2006 ਦੇ ਵਿੱਚ ਕਰਨ ਲੱਗੇ ਜਦੋਂ ਮੋਬਾਈਲ ਆ ਗਏ ਸਾਡੇ ਕੰਮ ਬੰਦ ਹੋ ਗਿਆ ਹਾਂ ਉਦੋਂ ਫਿਰ ਸਾਰਿਆਂ ਦੀ ਬੰਦ ਐਸਟੀਡੀਆਂ ਸਾਰੀਆਂ ਬੰਦ ਹੋ ਗਈਆਂ ਅਤੇ ਤੁਹਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਆ ਇਹ ਫਿਰ ਮਤਲਬ ਕਿ 2000 ਦੇ 2001 ਦੇ ਵਿੱਚ ਕਿਤੇ ਜਾ ਕੇ ਗਈ 20 ਸਾਲ ਹੋ ਗਏ ਹਾਂ 21 ਹੁਣ 2000 ਬਹਿਣਾ ਸਾਥ ਹੈ ਦੇਖੋ ਮੈਂ ਬਹਿਣਾ ਸਾਂ ਅੱਖਾਂ ਦੀ ਮੈਂ ਨੌਕਰੀ ਨਹੀਂ ਨਜ਼ਰ ਨਹੀਂ ਸੀ ਔਰ ਫਿਰ ਵੀ ਮੈਂ ਸਾਰੇ ਕੰਮ ਕਰ ਲੈਂਦੇ ਨੰਬਰ ਡਾਇਲ ਕਰ ਲੈਣਾ ਮੈਂ ਓਕੇ ਜੀ ਓਕੇ ਉਸ ਬਾਅਦ ਪੈਸੇ ਵੀ ਲੈ ਲੈਣਾ ਮੀਟਰ ਦੇ ਕਿੰਨੇ ਪੈਸੇ ਆਏ ਬਗੈਰ ਦੇਖੇ ਮੈਂ ਉੱਥੇ ਬੈਠਾ ਨਾ ਹਾਂਜੀ ਤੁਹਾਨੂੰ ਦੱਸ ਰਿਹਾ ਤੁਹਾਡੇ ਇਤਨੇ ਪੈਸੇ ਹੈਗੇ ਨੇ ਓਕੇ ਮਨ ਦੀ ਰੋਸ਼ਨੀ ਇੰਨੀ ਹੈ ਤੁਹਾਡੇ ਦੀ ਉਹਦੇ 'ਚ ਆਵਾਜ਼ ਆਉਂਦੀ ਸੀ ਓਕੇ ਟਿਪ 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 ਆਵਾਜ਼ ਆਉਂਦੀ ਸੀ ਉਹਦੇ ਤੋਂ ਅੰਦਾਜ਼ਾ ਲਾ ਕਾਊਂਟਿੰਗ ਕਰਨਾ ਨਾ ਮੈਂ ਉਹ ਕਾਊਂਟਿੰਗ ਕਰਨਾ ਜਿੰਨੀ ਮਰਜ਼ੀ ਫਾਸਟ ਹੋਵੇ ਚਾਹੇ ਲੰਡਨ ਦੀ ਹੋਵੇ ਅੰਗਰੇਜ਼ ਦੀ ਅਮਰੀਕਾ ਦੀ ਹੋਵੇ ਬੜੀ ਫਾਸਟ ਚੱਲਦੀ ਸੋਚਦਾ ਜੀ ਉਹ ਕਾਊਂਟਿੰਗ ਕਰ ਲੈਣਾ ਮੈਂ ਐਵੇਂ ਉਹ ਟੋਟਲ ਅਗਰ ਦੇਖ ਲੈਣਾ ਐਗਜੈਕਟ ਐਗਜੈਕਟ ਮੀਟਰ ਆਏਗਾ ਓਕੇ ਇਹ ਕੋਈ ਫਰਕ ਨਹੀਂ ਆਉਂਦਾ ਮੈਂ ਨਹੀਂ ਆਪਣੇ ਤੈਨੂੰ ਤੇ ਉਹਦੀ ਟਿਕ 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 ਦੀ ਆਵਾਜ਼ ਜਿਹੜੀ ਮਸ਼ੀਨ ਦੀ ਉਹਦੇ ਤੋਂ ਅੰਦਾਜ਼ੇ ਲਾ ਲੈਂਦੇ ਕਿੰਨੇ ਪੈਸੇ ਬਣ ਗਏ ਕਾਊਂਟਿੰਗ ਕਰ ਦੇਣਾ ਸਾਨੂੰ ਇਤਨੇ ਪੈਸੇ ਬਣ ਗਏ ਤੁਹਾਡੇ ਉਹ ਮਸ਼ੀਨ ਉਨੀ ਵਾਰੀ ਟਿਕ ਟਿਕ ਕਰਦੀ ਸੀ ਉਹ ਨਾ ਟਿਕ ਟਿਕ ਕਰਦੀ ਸੀ ਤੇ ਬਾਪੂ ਜੀ ਆਂਟੀ ਦੀ ਮੰਨ ਲਓ ਕੀ ਦਿੱਕਤ ਆਈ ਕਦੋਂ ਸੱਟ ਲੱਗ ਗਈ ਇਹਨਾਂ ਦੇ ਆਂਟੀ ਦੀ ਸਾਡੀ ਆਂਟੀ ਦੀ ਆਂਟੀ ਜਿਹੜੇ ਆਂਟੀ ਆਥੈਟਿਕ ਹੈਗੀ ਅੱਛਾ ਜੀ ਟੰਗਾ ਟੇੜੀਆਂ ਬਾਹਾਂ ਸਭ ਟੇੜੀਆਂ ਹੋਏ ਪੈਣ ਓਕੇ 30 ਸਾਲ ਤੋਂ ਪਹਿਲੇ ਬਿਮਾਰੀ ਆ ਗਈ ਇੱਥੇ ਆ ਕੇ ਹੋਈ ਹੈ ਮੈਂ ਵੀਡੀਓ ਦੇਖਿਆ ਸੀ ਇਹਨਾਂ ਦੇ ਪੈਰਾਂ ਦੀ ਉਂਗਲਾਂ ਵੀ ਹੱਥ ਵਾਂਗੂ ਆ ਜਿਵੇਂ ਹੱਥ ਹੁੰਦਾ ਹਨਾ ਇਹ ਸ਼ੁਰੂ ਤੋਂ ਹੀ ਏਦਾਂ ਨਹੀਂ ਸ਼ੁਰੂ ਤੋਂ ਨਹੀਂ ਹੈ ਇਹ 30 ਸਾਲ ਤੋਂ ਪਹਿਲੇ ਬਿਮਾਰੀ ਇਹਨਾਂ ਨੂੰ ਆਈ ਹੈ ਹੌਲੀ ਹੌਲੀ ਕਰਕੇ ਫਿਰ ਉਹ ਵੱਧਦੀ ਗਈ ਵੱਧਦੀ ਗਈ ਹੈ ਤੇ ਜਿਹੜਾ ਹੁਣ ਇਹਨਾਂ ਦਾ ਸਰੀਰ ਖੜ ਗਿਆ ਮੇਰਾ ਨਾਲ ਰਹੀਏ ਹਾਂਜੀ ਮੈਂ ਕੋਈ 30 ਸਾਲ ਨਹੀਂ ਛੱਡਿਆ ਅੱਛਾ ਸਾਰੇ ਦਰਸ਼ਨ ਕਰਕੇ ਨਾਲ ਲੈ ਕੇ ਗਏ ਮੈਨੂੰ ਇਹ ਕਟੋ ਹੇਮਕੋਟ ਸਾਹਿਬ ਵੀ ਗਿਆ ਮੈਂ ਆਪ ਹਾਂਜੀ ਨਨਕਾਣਾ ਸਾਹਿਬ ਗਿਆ ਮੈਂ ਪੰਜੀ ਹੌਸਾ ਰੱਖੋ ਉਹ ਵਾਹਿਗੁਰੂ ਪੰਜਾ ਸਾਹਿਬ ਨਨਕਾਣਾ ਸਾਹਿਬ ਗਿਆ ਮੈਂ ਆਂਟੀ ਕਿਉਂ ਰੋਣ ਲੱਗ ਗਏ ਸਹੀ ਗੱਲ ਇਹਨਾਂ ਨੂੰ ਰੋਣਾ ਆਇਆ ਨਾ ਕਿ ਮੈਨੂੰ ਕਰਾ ਰਹੇ ਸੀ ਜ਼ਿੰਦਗੀ ਪ੍ਰਾਪਤ ਕਿਉਂ ਆ ਰਹੀ ਹੈ ਆਂਟੀ ਘਬਰਾਓ ਨਾ ਅਸੀਂ ਤੁਹਾਡੇ ਪੁੱਤ ਆਏ ਆ ਪੁੱਤ ਤੁਹਾਡੇ ਕੋਲੇ ਹਾਂਜੀ ਕੋਈ ਨਾ ਘਬਰਾਓ ਨਾ ਘਬਰਾਓ
देखो एक बुजुर्ग जोड़ा सीनियर सिटीजन इत्थे किद्दां सफर कर रहे ने किद्दां सफर कर रहे ने ए असी पता नहीं किद्दां दे समाज दे विच रहने आ। अंकल तुहानू कोई लोक कोई मदद मिली सरकारी तौर ते कदे कोई 2 लाख मिलिया सी कहने मैं रेड कार्ड उत्ते गवर्नमेंट वाला मनमोहन सिंह जी सरकार सी जी उदों मिलिया सीगा ओह कादा मिलिया सीगा जी हां ए 2003 सी मैं नहीं कादा ब्लाइंड होण ते मिलिया नहीं कहने थोड़ा नेड़े जे हो जाओगे है थोड़ा चादर चको जी बेडशीट ना चक लो इधर नू कर लो देखो किस तरह कोई मदद नहीं कोई देखो आंटी दे पैर देखो ए अथलेटिक बीमारी आंटी नू देखो पैरां दी उंगलां किद्दां हो गईयां आंटी जी दे हाथ देखो किद्दां हो गया आ हाथ ए ए जिनू आपां कह दिंदे आ जी आ गठिया ओ आ जी गठिया है ना गठिया ही है ना सासी गल भाई जी तुहाडा पहलां दा बहुत धन्नवाद तुसीं गवांडी होण दे नाते इत्थे आए हो गवांडी हो तुसीं इहनां दे चलो बहुत धन्नवाद आंटी मेरा नाम गुरप्रीत आंटी तेरा पोता मैं ठीक है रोना नहीं गा आंटी रोना नहीं गा आ गद्दियां चक्के सराने दे पिछे लाइए चक ला दोनों तेने गद्दियां थोड़ा जा आंटी उठ के बैठोगे थोड़ा चादर थले लाओ होर दे गद्दी तीजी भी आ फड़ो जी थले लाओ एक होर चको नहीं 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 कोई चक्कर इत्थे बैठ जाओ आंटी ला लो सिर थले घबराओ ना अज तुहाडी तकलीफां तुहाडे दुख आ जिहड़े असीं अपने सिर लै ले वाहिगुरु कृपा करे असीं तुहाडे पुत बन के तुहाडी सेवा कर सकीए तुहाडा ट्रीटमेंट हो सके तुसीं अपना जिहड़ा अगला जीवन आ उह माण सत्कार भरिया तंदरुस्ती भरिया बतीत करो फिक्र ना कर मां की नाम माता जी तुहाडा सुरिंदर कौर ठीक आ सुरिंदर माता जी तुसी इत्थों दे रहण वाले हो तुहाडा जिहड़ा पेका पिंड आ उह इत्थे ही आ पटियाले च है ना ते तुहाडा पेके परिवार च कोई रहिंदा इत्थे ब्रदर दी डेथ हो गई दोनों दी उहनां दे कोई बच्चे नशा करते ज्यादा उन्होंने घर इसे महल च नेड़े तेड़े सी किते ओके उन्हां वल्लों भी कोई सपोर्ट नहीं देखो कहिंदे भी कुदरत पता नहीं केड़ी करोपी है इस परिवार दे उपर बापू जी उन्हां दे उत्ते बेबे जी दे उपर मालक दा पता नहीं है ना केड़ा देखो बाप ओदा शुक्र अदा तेरा देखो सच्ची गल आ जी आलना दिता होया वड्डी गल आ फिर इन्हां कोले कुछ अपने जीविका लई कुछ चार पैसे इन्हां ने जोड़े हुए सी जिहदे विचों इन्हां नूं रोटी आ जिहड़ी ਉਹ ਖਾਈ ਜਾਂਦੇ ਨੇ ਹਨਾ ਉਹਦੀ FD ਕਰਾਈ ਆ ਦੱਸਦੇ ਵੀਰੇ ਹੁਣੇ ਕੋਈ ਉਹਦੇ ਵਿੱਚੋਂ ਕੁਝ ਪੈਸਿਆਂ ਦਾ ਵਿਆਜ ਦੇ ਨਾਲ ਇਹਨਾਂ ਦੀ ਰੋਟੀ ਚੱਲੀ ਜਾਂਦੀ ਆ ਟਿਫਨ ਲਗਾਇਆ ਹੋਇਆ ਦੱਸਦੇ ਸੀ ਵੀਰੇ ਹੁਣੇ ਟਿਫਨ ਲੱਗਿਆ ਹੋਇਆ ਵਾ 8 ਫੁਲਕੇ ਟਿਫਨ ਦੇ ਵਿੱਚ ਆਉਂਦੇ ਨੇ 4 ਫੁਲਕੇ 5 ਸਵੇਰੇ ਖਾ ਲੈਂਦੇ ਨੇ ਬਾਕੀ ਸ਼ਾਮ ਨੂੰ ਖਾ ਲੈਂਦੇ ਨੇ ਇਹ ਦੋਨੋਂ ਜਾਣੇ ਹਸਬੈਂਡ ਵਾਈਫ ਇੱਕ ਦੂਸਰੇ ਦੀ ਉਹ ਮਾਤਾ ਉਹਦੀਆਂ ਬਾਪੂ ਜੀ ਦੀਆਂ ਅੱਖਾਂ ਸੀਗੀਆਂ ਤੇ ਬਾਪੂ ਜੀ ਉਸ ਮਾਂ ਦੀਆਂ ਉਸ ਆਪਣੀ ਵਾਈਫ ਦੀਆਂ ਆਪਣੇ ਜੀਵਨ ਸਾਥਣ ਦੀਆਂ ਸਰੀਰ ਸੀਗਾ ਲੱਤਾਂ ਸੀਗੀਆਂ ਪਰ ਅੱਜ ਦੁੱਖ ਇਸ ਗੱਲ ਦਾ ਬਾਪੂ ਜੀ ਦੀਆਂ ਅੱਖਾਂ ਤਾਂ ਗਈਆਂ ਹੀ ਹੋਈਆਂ ਸੀ ਮਾਤਾ ਜੀ ਦਾ ਸਰੀਰ ਵੀ ਖੜ ਗਿਆ ਮਾਤਾ ਜੀ ਦੀਆਂ ਅੱਖਾਂ ਹੈਗੀਆਂ ਪਰ ਉਹ ਚੱਲ ਨਹੀਂ ਸਕਦੇ ਪਿਛਲੇ ਮਾਤਾ ਜੀ ਕਿੰਨੇ ਟਾਈਮ ਤੋਂ ਤੁਸੀਂ ਮੰਜੇ ਤੇ ਪਏ ਹੋ ਕੀ ਹੋਇਆ ਕੀ ਸੀ ਉਹਦੇ ਨਾਲ ਹੀ ਡਿੱਗ ਪਏ ਡਿੱਗਣ ਤੋਂ ਬਾਅਦ ਫਿਰ ਅੱਛਾ ਜੀ
6 महीने पहले इन्होंने गिरगे से व्हीलचेयर ਛੱਡ ਗਏ ਮੈਂ ਫਟ ਪੈ ਗਿਆ ਤੇ ਸਰੀ ਦਾ 6 ਡਾਕੇ ਲੱਗੇ ਨਾਲ ਰਸਤਾ ਲੈ ਗਿਆ ਵਾਹਿਗੁਰੂ 6 ਮਹੀਨੇ ਪਹਿਲੇ ਤੇ ਹੁਣ ਜਿਹੜਾ ਚੂਲਾ ਟੁੱਟਿਆ ਉਹਦਾ ਐਕਸਰਾ ਕਰਾਇਆ ਸੀ ਡਾਕਟਰ ਕਹਿੰਦੇ ਚੂਲਾ ਟੁੱਟਿਆ ਹੋਇਆ ਹਾਂਜੀ ਤਾਂ ਹਾਂਜੀ ਤਾਂ ਹੈ ਉਹਨਾਂ ਨੇ ਉਹ ਇਹੀ ਸੀ ਜੀ देखो जी आप आपदे दुखां नूं वड्डा मानदे आं वी सानूं दुख छोटी जी प्रॉब्लम नूं असीं लै के बह जांदे रब नूं निंदणा शुरू कर दिंदे आं रब नूं माड़ा चंगा की कहने मां मैं सारी उम्र बड़ी सुनी गुजारी है मैं सारा कुछ आप करनी थी रुटी बड़ी थी सब कुछ करनी थी बापू अखा तो अखा तो अन्ने बापू ने कट लिया पर जो आपका शरीर खड़ गया फिर मुश्किल हो गई बस मुश्किल नहीं है मेनू ਮੈਨੂੰ ਯਾਰ ਰੋਟੀ ਖਵਾਉਂਦੇ ਨੇ ਕੱਪੜੇ ਮੇਰੇ ਬਦਲਦੇ ਨੇ ਡੈਪਰ ਬਦਲਦੇ ਨੇ ਤੇ ਸਾਰਾ ਕੁਝ ਯਾਰੇ ਕਰਦੇ ਨੇ ਕੱਪੜੇ ਬਦਲਦੇ ਮੇਰੇ ਸਾਰਾ ਦਿਨ ਸੇਵਾ ਕਰਦੇ ਨੇ ਤੁਹਾਡੀ ਹਾਂਜੀ ਮੈਂ ਤਾਂ ਵਾਹਿਗੁਰੂ ਅੱਗੇ ਬੇਬੇ ਅਰਦਾਸ ਕਰਦਾ ਤੇਰੇ ਦੁੱਖ ਸਾਨੂੰ ਦੇ ਦੇਵੇ ਮਹਾਰਾਜ ਸੱਚੇ ਪਾਤਸ਼ਾਹ ਲੈ ਜਾਵੇ ਨਹੀਂ ਮਾਂ ਮੈਂ ਮੈਨੂੰ ਲੈ ਜਾਵੇ ਪਰਮਾਤਮਾ ਵਾਹਿਗੁਰੂ ਵਾਹਿਗੁਰੂ ਉਹਨਾਂ ਦਾ ਸਾਥ ਦੇਣਾ ਬੇਬੇ ਤੇ ਤੋਂ ਬਿਨਾਂ ਉਹ ਇਕੱਲੇ ਰਹਿ ਜਾਣਗੇ ਕੋਈ ਗੱਲ ਇੱਕ ਦਿਨ ਇਕੱਲਾ ਬਣ ਹੋਣਾ ਹੀ ਹੋਣਾ ਹੈ ਉਹ ਵਾਹਿਗੁਰੂ ਇੱਕ ਦਿਨ ਇਕੱਲਾ ਹੋਣਾ ਹੀ ਹੋਣਾ ਹੈ ਸਾਥ ਤੇ ਨੂੰ ਨਿਵਾਸ ਕਰਦਾ ਕੋਈ ਨਹੀਂ ਸਾਥ ਦਾ ਤੁਹਾਡਾ ਵਿਆਹ ਬੇਬੇ ਇੱਥੇ ਪਟਿਆਲੇ ਹੀ ਹੋਇਆ ਸੀ ਵਿਆਹਣ ਆਏ ਸੀ ਇਹ ਸਰਬਜੀਤ ਸਿੰਘ ਜੀ ਜਦੋਂ ਤੁਹਾਡੀ ਮੈਰਿਜ ਹੋਈ ਸੀ ਉਦੋਂ ਬੌਸ ਉੱਥੇ ਕੰਮ ਕਰਦੇ ਸੀ ਜੀ ਮੈਡੀਕਲ ਦਾ ਬਾਪੂ ਅੱਖਾਂ ਤੋਂ ਬਲਾਇੰਡ ਨਹੀਂ ਤੁਹਾਡੀ ਕਿੰਨੀ ਸੇਵਾ ਕਰਦੇ ਨੇ ਸ਼ਾਇਦ ਅੱਖਾਂ ਹੁੰਦੀਆਂ ਤਾਂ ਇੰਨੀ ਤਾਂ ਵੀ ਨਾ ਕਰ ਪਾਉਂਦੇ ਸੇਵਾ ਤੁਹਾਡੀ ਤੁਸੀਂ ਬਹੁਤ ਹੀ ਚੰਗੇ ਕਰਮ ਆ ਤੁਹਾਨੂੰ ਇਸ ਤਰ੍ਹਾਂ ਦਾ ਪਤੀ ਮਿਲਿਆ ਹੋਇਆ ਜਿਹੜਾ ਤੁਹਾਨੂੰ ਪਿਆ ਨੂੰ ਸੰਭਾਲਦਾ ਰੋਟੀ ਖਵਾਉਂਦੇ ਨੇ ਅੱਖਾਂ ਤੋਂ ਬਲਾਇੰਡ ਹੋਣ ਦੇ ਬਾਵਜੂਦ ਸਰਦਾਰ ਸਰਬਜੀਤ ਸਿੰਘ ਤੇ ਮਾਤਾ ਸੁਰਿੰਦਰ ਕੌਰ ਤੁਸੀਂ ਦੇਖ ਕੇ ਇਹਨਾਂ ਦੇ ਚਿਹਰੇ ਤੋਂ ਬਾਪੂ ਜੀ ਦੇ ਚਿਹਰੇ ਤੋਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਇਹ ਕਿਸੇ ਤਕਲੀਫ 'ਚ ਨੇ ਇਹਨਾਂ ਦੇ ਚਿਹਰੇ 'ਤੇ ਨੂਰ ਆ ਜਿਹੜਾ ਹਜੇ ਵੀ ਬਾਪੂ ਜੀ ਦੇ ਉਸੇ ਤਰ੍ਹਾਂ ਸ਼ਾਇਦ ਆਪਣੇ ਚਿਹਰੇ 'ਤੇ ਵੀ ਉਸ ਤਰ੍ਹਾਂ ਦਾ ਨੂਰ ਨਾ ਹੋਵੇ ਪਰ ਇਹ ਬੜੀ ਵੱਡੀ ਇਹਨਾਂ ਦੇ ਅੰਦਰ ਕੋਈ ਤਾਕਤ ਆ ਅਕਾਲ ਪੁਰਖ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਵੀ ਇਹ ਮੇਰੇ ਪਾਪਾ ਬੈਠੇ ਨੇ ਕਹਿੰਦੀ ਮਾਤਾ ਸਾਡੀ ਵੀ ਮੇਰੇ ਅੰਦਰ ਮੇਰਾ ਗੁਰੂ ਨਾਨਕ ਮੇਰੇ ਅੰਦਰ ਬੈਠਾ ਵਾਹ ਮਾਂ ਮੇਰੀ ਉਹਦੇ ਕਰਕੇ ਮਾਂ ਤੁਸੀਂ ਏਡਾ ਸਬਰ ਕਰੀ ਬੈਠੇ ਹੋ ਏਡਾ ਦੁੱਖ ਝੱਲੀ ਜਾਂਦੇ ਹਾਂ ਮਾਂ ਅਸੀਂ ਦੇਖੀਦੇ ਆ ਬੜੇ ਲੋਕ ਬਿਮਾਰ ਚੰਗੇ ਭਲੇ ਨਹੀਂ ਤੁਰ ਪੈਂਦੇ ਤੁਸੀਂ
इस हालात च बापू दी अखां दी रोशनी नहीं, तुसीं साफ सुथरे कपड़े पाए हो, साफ बैड ते बैठे हो, असीं जदों जाईदा देखीदा टॉयलेटां दे ढेर लगे पए हुंदे रूमां दे विच, सजाखियां तों वी नहीं सेवा हुंदी मां। ये तां पता नहीं किहड़ी ताकत अकाल पुरख वाहिगुरु दी सच्चे पातशाह दी, अज गुरु साहब दे परिवार दी लसानी शहादत दे उह दिन चलदे ने। अज गुरु पातशाह दे निक्के निक्के बच्चियां ने किस हर गल च बापू दे सबर आ, कहिंदे हर गल च सबर इथो सानू सिख्या लैनी चाहीदी आ। साडियां जड़ां मजबूत आ, साडे बजुर्ग आ सोचदे आ, साडे दादे परदादे आ उहनां दी विरासत आ जी। अच्छा उतो मंगाया लंगर छकिया है जी, अज छकिया जी। ओ वाहिगुरु, ਉੱਥੋਂ ਅੱਜ ਵੀ ਫਤਿਹਗੜ੍ਹ ਸਾਹਿਬ ਤੋਂ ਪ੍ਰਸ਼ਾਦਾ ਆਂਢ ਗੁਆਂਢ ਦੇ ਲੋਕ ਬਾਪੂ ਜੀ ਦੱਸਦੇ ਨੇ, ਮਾਤਾ ਜੀ ਦੱਸਦੇ ਨੇ, ਮੈਂ ਅੱਜ ਛਕਿਆ ਗੁਰੂ ਕਾ ਲੰਗਰ ਫਤਿਹਗੜ੍ਹ ਸਾਹਿਬ ਤੋਂ। ਕੋਈ ਗਏ ਸੀ ਬੱਚੇ, ਉਹ ਲੈ ਕੇ ਆਏ ਸੀ ਗੁਰੂ ਕਾ ਲੰਗਰ। ਆਂਢ ਗੁਆਂਢ ਦੇ ਲੋਕ ਬਹੁਤ ਜ਼ਿਆਦਾ ਸਪੋਰਟਿਵ ਨੇ, ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਸਾਡੀ ਸਲਿਊਟ ਆ, ਸਾਡਾ ਸਲਾਮ ਆ ਇਸ ਮੁਹੱਲੇ ਨੂੰ। ਅਸੀਂ ਬਹੁਤ ਥਾਵਾਂ 'ਤੇ ਜਾ ਕੇ ਇਹ ਗੱਲ ਕਈ ਵਾਰੀ ਕਹੀਦੀ ਆ ਵੀ ਸਾਡਾ ਸਮਾਜ ਆ ਜਿਹੜਾ ਉਹ ਮਦਦ ਨਹੀਂ ਕਰਦਾ, ਅੱਜ ਸਾਡਾ ਸਮਾਜ ਭੁੱਲ ਗਿਆ ਆਪਣੀਆਂ ਪ੍ਰਾਇਓਰਟੀਜ਼ ਨੂੰ। ਪਰ ਇਸ ਮੁਹੱਲੇ ਦੇ ਲੋਕ ਆ ਪਿੱਛੇ ਖੜੇ ਨੇ, ਬਾਈ ਜੀ ਹੁਣੀ, ਭੈਣ ਜੀ ਹੁਣੀ, ਇਹ ਭੈਣ ਜੀ ਬਹੁਤ ਧੰਨਵਾਦ। ਕੀ ਨਾਂ ਜੀ ਤੁਹਾਡਾ ਭੈਣੇ? ਕਵਲਜੀਤ ਕੌਰ ਭੈਣੇ, ਬਹੁਤ ਧੰਨਵਾਦ ਤੇਰਾ, ਬਹੁਤ ਜ਼ਿਆਦਾ ਧੰਨਵਾਦ। ਵੀ ਜੇ ਕਹਿੰਦੇ ਵੀ ਅੱਜ ਇਸ ਦਰਖਤ ਦੇ ਉੱਤੇ ਦੋ ਇਹ ਟਾਹਣੇ ਲੱਗੇ ਹੋਏ ਨੇ, ਉਹਦੇ ਪਿੱਛੇ ਬਹੁਤ ਸਾਰੇ ਲੋਕਾਂ ਦੀ ਮਦਦ ਤਾਂ ਕੀਤੀ ਹੋਈ, ਤਾਂ ਹੀ ਇਹ ਖੜੇ ਨੇ ਹਜੇ ਵੀ ਪੈਰਾਂ 'ਤੇ। ਅਤੇ ਕੋਈ ਨਾ ਮਾਂ, ਹੁਣ ਫਿਕਰ ਨਹੀਂ ਕਰਨੀ। ਦੇਖੋ ਇੱਕ ਸਾਡੀ ਬੇਨਤੀ ਆ, ਸਭ ਤੋਂ ਪਹਿਲੀ ਮੈਂ ਅੱਗੇ ਵੀਰੇ ਉਹਨਾਂ ਨੇ ਵੀ ਰਾਜ ਕਰਦਾ ਆਇਆ। ਸਾਡੀ ਸੁਸਾਇਟੀ ਦਾ ਇੱਕ ਰੂਲ ਆ ਜੀ, ਅਸੀਂ ਕਿਸੇ ਦੀ ਪ੍ਰੋਪਰਟੀ ਨਹੀਂ ਕਲੇਮ ਕਰਦੇ। ਜਿਹੜਾ ਤੁਹਾਡਾ ਇਹ ਘਰ ਆ, ਇਹ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਵਾਰਸਾਂ ਨੂੰ ਮਿਲੇ। ਅਸੀਂ ਜਿੰਨਾ ਟਾਈਮ ਤੁਸੀਂ ਹੈਗੇ ਹੋ ਇਸ ਧਰਤੀ 'ਤੇ, ਜਿੰਨਾ ਟਾਈਮ ਅਸੀਂ ਹਾਂ, ਮੇਰੇ ਸਾਡੀ ਜ਼ਿੰਦਗੀ 'ਚ ਸਵਾਸ ਆ, ਅਸੀਂ ਤੁਹਾਡੀ ਬੱਚਿਆਂ ਵਾਂਗ ਸੇਵਾ ਕਰਾਂਗੇ ਤੁਹਾਨੂੰ। ਮਾਂ ਉੱਥੇ ਚੰਗਾ ਬਿਸਤਰਾ, ਚੰਗੀ ਰੋਟੀ, ਚੰਗੇ ਕੱਪੜੇ, ਚੰਗੀ ਦਵਾਈ ਹੋਸਪਿਟਲ 'ਚ ਐਡਮਿਟ ਕਰਾਵਾਂਗੇ। ਵਾਹਿਗੁਰੂ ਮਿਹਰ ਕਰੇ ਤੁਹਾਡੇ, ਤੁਸੀਂ ਤੁਰਨ ਫਿਰਨ ਜੋਗੇ ਵੀ ਹੋ ਜਾਵੋ। ਕੋਈ ਗੱਲ ਹੀ ਨਹੀਂ ਮਾਂ, ਫਿਰ ਕੀ ਹੋ ਗਿਆ? ਡਾਇਪਰ ਜਿੰਨੇ ਮਰਜ਼ੀ ਡਾਇਪਰ ਲੱਗਣੇ ਨਹੀਂ ਤੈਨੂੰ, ਮਾਂ ਵਾਹਿਗੁਰੂ ਮਿਹਰ ਕਾਰਨ ਤੁਸੀਂ ਤੁਰਨ ਲੱਗ ਜਾਵੋ। ਆਪਣੇ ਕੋਲ ਫਿਜ਼ੀਓਥਰੈਪਿਸਟ ਨੇ ਡਾਕਟਰ ਜਿਹੜੇ ਤੁਹਾਡੀ ਐਕਸਰਸਾਈਜ਼ ਕਰਾਉਣਗੇ, ਜਿਹਦੇ ਨਾਲ ਤੁਹਾਡਾ ਵਾਹਿਗੁਰੂ ਮਿਹਰ ਕਰੇ ਤੁਸੀਂ ਵੀਲ ਚੇਅਰ 'ਤੇ ਬੈਠ ਕੇ ਇੱਧਰ ਉੱਧਰ ਘੁੰਮ ਸਕੋਗੇ, ਹੌਲੀ ਹੌਲੀ ਚੱਲਣ ਲੱਗ ਜਾਓਗੇ। ਤੁਸੀਂ ਫਿਕਰ ਨਾ ਕਰੋ, ਬਾਪੂ ਜੀ ਦੀਆਂ ਅੱਖਾਂ ਉਹ ਅਸੀਂ ਬਣਾਂਗੇ, ਤੁਹਾਡੀ ਲਾਠੀ ਬਣਾਂਗੇ ਅਸੀਂ, ਤੁਸੀਂ ਫਿਕਰ ਨਾ ਕਰੋ। ਇਹਨੇ ਸਰਦਾਰ ਸਰਬਜੀਤ ਸਿੰਘ ਜੀ, ਤੇ ਇਹਨੇ ਸਰਦਾਰਨੀ ਸੁਰਿੰਦਰ ਕੌਰ ਜੀ, ਇਹ ਨੇ ਸਾਡੇ ਅਸਲੀ ਵਾਰਸ, ਇਹਨੇ ਸਾਡੀਆਂ ਉਹ ਵਾਹਿਗੁਰੂ ਨਹੀਂ ਬਾਪੂ ਜੀ ਇਹੀ ਸਿਖਾਇਆ ਸਾਨੂੰ, ਸਾਨੂੰ ਆਹੀ ਚੀਜ਼ ਸਿਖਾਈ ਆ, ਸਬਰ ਤੇ ਸੰਤੋਖ। ਬਾਪੂ ਜਿੱਥੇ ਆ ਗਿਆ ਨਾ, ਤੁਹਾਡੇ ਤੋਂ ਵੱਡਾ ਸਬਰ ਦਾ ਇਸ ਟਾਈਮ ਜੇ ਕੋਈ ਦੇਖੀਏ ਕੋਈ ਹੋਵੇ ਤਾਂ ਵੱਡੀ ਤਸਵੀਰ ਆ ਸਬਰ ਦੀ, ਇਹ ਤੁਹਾਡਾ ਦੋਨਾਂ ਦਾ ਰਹਿਣਾ, ਇੱਕ ਦੂਸਰੇ ਦਾ ਸਾਥ ਦੇਣਾ। ਆ ਦੇਖੋ ਮਾਤਾ ਜੀ ਦੇ ਪੈਰਾਂ ਦੀਆਂ ਉਂਗਲਾਂ, ਆ ਮੇਰੇ ਹੱਥ ਦੀ ਤੇ ਪੈਰਾਂ ਦੀ ਸ਼ੇਪ ਇੱਕੋ ਤਰ੍ਹਾਂ ਦੀ ਹੋ ਚੱਲੀ ਹੈ, ਪੈਰਾਂ ਦੇ ਅੰਗੂਠੇ ਕਿੱਧਰ ਨੂੰ ਚਲੇ ਗਏ ਨੇ ਮਾਤਾ ਜੀ ਦੇ। ਤੇ ਇਸ ਤਰ੍ਹਾਂ ਦੇ ਹਾਲਾਤ ਨੇ ਮਾਤਾ ਜੀ ਦੇ ਸਰੀਰਕ ਤੌਰ ਤੇ, ਫਿਰ ਵੀ ਬਾਪੂ ਜੀ ਚਾਹੇ ਬਲਾਈਂਡ ਨੇ, ਦੇਖ ਨਹੀਂ ਪਾਉਂਦੇ, ਬਚਪਨ ਤੋਂ ਹੀ ਨਿਗ੍ਹਾ ਘੱਟ ਸੀ, ਹੌਲੀ ਹੌਲੀ ਘੱਟਦੀ ਘੱਟਦੀ ਨਿਗ੍ਹਾ ਅੱਗੇ ਦੀ ਅੱਗੇ ਘੱਟਦੀ ਗਈ ਤੇ ਖਤਮ ਹੋ ਗਈ ਨਿਗ੍ਹਾ। ਅੱਜ ਤੋਂ ਕਰੀਬ 20 ਸਾਲ ਪਹਿਲਾਂ ਬਾਪੂ ਜੀ ਦੀ ਅੱਖਾਂ ਦੀ ਜਿਹੜੀ ਰੋਸ਼ਨੀ ਆ ਨਾ ਉਹ ਖਤਮ ਹੋ ਗਈ ਸੀ। ਤੇ 20 ਸਾਲ ਤੋਂ ਬਾਪੂ ਜੀ ਦੱਸਦੇ ਆ, ਫਿਰ ਵੀ ਬਾਪੂ ਜੀ ਕਹਿੰਦੇ ਮੈਂ ਕੰਮ ਕਰਦਾ ਰਿਹਾ। ਪੈਸੇ ਮਸ਼ੀਨ ਸੀ ਜਿਹੜੀ ਹੁੰਦੀ ਸੀ, STD ਮਸ਼ੀਨ, PCO, ਉਹ ਚਲਾਉਂਦੇ ਸੀ।
बिना देखिया पैसे गिन दिंदा सी। बापू कहिंदा मैं उहदी आवाज़ तों अंदाजा ला के वी किन्ने पैसे बने आ। ते अपनी जीविका जिउण लई अपनी दिनचर्या नूं अंडाउण लई फिर भी किरत करदे रहे। माता जी तुरे फिरदे सी वधिया, इह प्रशादा पाणी तैयार कर दिंदे सी, नाल घर दा दोनां दा सहारा बने होए सी, इक दूसरे दा वधिया जीवन बतीत हुंदा सीगा। बापू जी दसदे आ वी जदों पंजाब च मैं 88 च आया, आ के PCO लगाया, ये जिहड़ी कलोनी जिथे असीं खड़े आ ये विडो कलोनी दे नां ते बहुत सारे शहरां दे विच कलोनियां बणियां, ये साढ़े लुधियाणे भी आ दुगरी उत्थे भी ये फ्लैट्स ने, इदां दे LIG HIG फ्लैट्स ने, ये पुड्डा दे है ना। तां फिर एक अज ये कलोनियां दे विच बहुत सारे चंगे संपन्न परिवार रहिंदे ने। उस टाइम बापू जी उन्होंने आके ये घर खरीदया, इत्थे STD खोली, PCO खोलिया। बापू जी दसदे उस टाइम चंगा वधिया चार पैसे भी मैं कमाए, किरत करदे सी दोनों जाने, वधिया चार पैसे कमाउंदे सी। उस तो बाद जदों एकदम स्पाइस कंपनी लॉन्च हुई पंजाब दे विच आके, तां मोबाइल आ गए लोगों के हत्थां दे विच, फिर अंबानी ने आके कहता कर लो दुनिया मुठ्ठी च, फिर इस तरह के बहुत सारे लोगों की जिहड़ी जीविका STD PCO सीगा वह खत्म हो गया। वह पईआं मशीनां ते मिट्टी पैण लग गई, एक 20 रुपया एकदम ही खत्म हो गया, सब कुछ बचना बंद हो गया। तो फिर पहला ही एक तो वक्त की मार चल रहा सी, परिवार बापू जी की अखां की लाइट है नहीं सी लंबे समय तो। फिर इस तरह ही कुछ जिहड़ी जमा पूंजी बची हुई सी उहदे नाल अपना जीवन बसर करना शुरू किया। पर अज इस परिवार के विच ना तो कोई कमाई का साधन, ना कोई सपोर्ट आ, क्योंकि फैमिलियां दे विच भी कोई बचिया नहीं। माता जी का पेका परिवार से जिहड़ा दो भरा सी वह भी इस दुनिया तो चल वसे, माँ बाप भी चल वसे, उन्होंने अगे विआह भी नहीं सी होए, शराबी कबाबी सी बेबे कहिंदी, उन्होंने विआह नहीं होए, उन्होंने बच्चे भी नहीं कोई। फिर बापू जी का परिवार आ जिहड़ा, बापू जी दसदे ने आ करोना दे सिस्टम दे विच इन्हां दा जिहड़ा ब्रदर सी लुधियाणे रहिंदे सी ते दिल्ली शिफ्ट हो गए, उत्थे जा के कोविड हो गया, भरा दी माँ दी बाप दी तिन्नां दी करोना दे विच मौत हो गई। तो हुण भतीजे आ वह आपदा, चलो देखो हर बंदा अपनी किरत करदा, हुण दिल्ली रहिंदे ने, वह किरत करदे समय किन्ना क टाइम कढ सकदे आ, फिर भी चलो इन्हां कोले आउंदे आ, जिहड़ा अज इन्हां नूं कहिण नूं तां है ना कोई मेरा हैगा। रो ना मां, रो ना मेरी मां, रो ना, रो ना, की होया दस, की हो गया मेरी मां नूं, असीं तेरे पोता मां, तू फिकर ना कर, मेरा ना गुरप्रीत आ, अज गुरप्रीत तेरा पोता, सतनाम पोता आया तेरा, अरमान पोता आया, तेरे सारे असीं पोता मां, साढ़े ना इंद्रमीत सिंह आ, जगदीप बीरा वा, सारे राणी भैण हुणी सारे तेरे पोता सी। ਹੁਣ ਵੀ ਮਾਂ ਤੂੰ ਕਿਸੇ ਤੋਂ ਮੰਗ ਥੋੜੀ ਨਹੀਂ ਆ, ਹੁਣ ਵੀ ਵਾਹਿਗੁਰੂ ਨੇ ਭੇਜਿਆ ਸਾਨੂੰ, ਤੁਸੀਂ ਸੱਦਿਆ ਸਾਨੂੰ, ਤੁਸੀਂ ਕਿਸੇ ਮੂਹਰੇ ਕੁਛ ਕਿਹਾ, ਇਹ ਤੁਹਾਨੂੰ ਪਰਮਾਤਮਾ ਨੇ ਸਾਡੀ ਡਿਊਟੀ ਲਾਈ ਹੈ ਤੁਹਾਡੀ ਸੇਵਾ ਦੀ, ਠੀਕ ਆ ਮਾਂ। ਸਾਨੂੰ ਗੁਰੂ ਨੇ ਭੇਜਿਆ, ਵਾਹਿਗੁਰੂ ਸੱਚੇ ਪਾਤਸ਼ਾਹ, ਅੱਜ ਕਿੰਨ ਤਰੀਕ ਆ ਮਾਂ ਪਤਾ ਤੈਨੂੰ, ਸ਼ੁਕਰਾਨਾ ਕਰਨਾ ਬਣਦਾ ਆਪਾਂ ਗੁਰੂ ਹੈ ਮਾਂ, ਅੱਜ ਕਿੰਨ ਤਰੀਕ ਆ ਪਤਾ, ਅੱਜ ਸੂਬਾ ਸਰਹੰਦ ਚ ਇਸ ਵੇਲੇ ਖੜਕੇ ਉਹ ਜਕਾਰੇ ਲਾ ਰਹੇ ਸੀ, ਸੂਬੇ ਨੂੰ ਐ ਸੀ ਵੀ ਖਨੀਏ ਉਈਨ ਮੰਨ ਲੈਣਗੇ, ਮੰਨ ਜਾਣਗੇ ਮਾਂ, ਮਾਂ ਤੁਸੀਂ ਉਹਨਾਂ ਦੇ ਵਾਰਸ ਹੋ, ਸਰਦਾਰ ਸਰਬਜੀਤ ਸਿੰਘ ਜੀ ਉਹਨਾਂ ਦੇ ਵਾਰਸ ਨੇ, ਅਸੀਂ ਤਾਂ ਮਾਂ ਕਲ ਚੁੱਕੀ ਬੰਦਿਆਂ ਨੂੰ, ਦੁਨੀਆਂ ਦੇਖਦੀ ਹੈਗੀ ਆ ਕਿਵੇਂ ਰੁਲਦੇ ਪਏ ਹੈਗੇ ਨੇ, ਮੇਰਾ ਫਿਰ ਵੀ ਸੇਵਾ ਕਰਦਾ ਡੱਡੀ ਪੰਜਾਬ ਚੁੱਕਦੇ ਮਾਂ, ਕੋਈ ਨੀ ਕਰਦਾ, ਉਹ ਵਾਹਿਗੁਰੂ ਕਰਵਾਉਂਦੇ ਨੇ, ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇਸ ਕਾਬਲ ਰੱਖਿਆ ਵੀ ਉਹ ਚੱਕ ਪਾ ਰਹੇ ਨੇ।
ਠੀਕ ਹੈ ਨਾ ਉਹਨਾਂ ਨੂੰ ਉਹਨਾਂ ਦੇ ਸਰੀਰ ਚ ਵਾਹਿਗੁਰੂ ਨੇ ਤਾਕਤ ਬਖਸ਼ੀ ਆ ਤਾਂ ਹੀ ਕਰ ਪਾ ਰਹੇ ਨੇ ਉਹਨਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਕੋਈ ਨਾ ਹੁਣ ਆਪਾਂ ਸਾਰਾ ਠੀਕ ਕਰਾਵਾਂਗੇ ਜਿਹੜੀਆਂ ਚਾਰ ਲਾਵਾਂ ਦੇ ਵਿੱਚ ਕੀ ਆ ਆਹੀ ਵਾਅਦਾ ਆਹੀ ਪ੍ਰੋਮਿਸ ਹੈ ਇੱਕ ਦੂਸਰੇ ਨਾਲ ਕੀਤਾ ਹੋਇਆ ਜਿਹੜਾ ਤੁਸੀਂ ਨਿਭਾ ਰਹੇ ਹੋ ਮਾਂ ਚਾਰ ਲਾਵਾਂ ਦੇ ਵਿੱਚ ਹੈ ਮਾਂ ਇਹੀ ਸੀ ਨਾ ਬਾਪੂ ਜੀ ਉਹਨੂੰ ਨਿਭਾ ਰਹੇ ਫਿਕਰ ਨਾ ਕਰ ਹੁਣ ਅਗਲਾ ਵੀ ਜੀਵਨ ਤੁਹਾਡਾ ਚੰਗਾ ਹੋਊਗਾ ਜੇ ਤੁਸੀਂ ਮਾੜਾ ਨਹੀਂ ਸੀ ਕਿਸੇ ਦਾ ਕੀਤਾ ਨਾ ਤਾਂ ਪਰਮਾਤਮਾ ਨੇ ਤੁਹਾਨੂੰ ਸੱਚੇ ਪਾਤਸ਼ਾਹ ਨੇ ਫਿਰ ਵੀ ਇੰਨੀ ਹਿੰਮਤ ਬਖਸ਼ੀ ਤੁਸੀਂ ਇੱਕ ਦੂਜੇ ਦਾ ਸਾਥ ਦੇ ਰਹੇ ਹੋ ਅਤੇ ਹੁਣ ਅਗਲਾ ਸਾਡੀ ਜ਼ਿੰਮੇਵਾਰੀ ਲਾਈ ਹੈ ਸਾਡੀ ਡਿਊਟੀ ਲਾਈ ਹੈ ਬਾਬਾ ਜੀ ਨੇ ਅਸੀਂ ਤੁਹਾਨੂੰ ਆਪਣੇ ਮਾਂ ਬਾਪ ਸਮਝ ਕੇ ਨਾਲ ਲੈ ਕੇ ਜਾ ਰਹੇ ਹਾਂ ਠੀਕ ਆ ਮਾਂ ਹਾਂ ਫਿਕਰ ਨਹੀਂ ਕਰਨਾ ਮਾਂ ਅਤੇ ਬਸ ਬੇਨਤੀ ਹੈ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਅਸੀਂ ਇਹ ਵੀਡੀਓ ਪਾਉਣ ਦਾ ਮੋਟਿਵ ਸਾਡਾ ਇਹ ਨਹੀਂ ਵੀ ਅਸੀਂ ਕੁਛ ਕਿਸੇ ਨੂੰ ਕਹਿ ਰਹੇ ਹਾਂ ਵੀ ਇਹਨਾਂ ਦੀ ਹੈਲਪ ਕੀਤੀ ਜਾਵੇ ਬਸ ਅਰਦਾਸ ਕਰਿਓ ਵੀ ਅਸੀਂ ਇਹਨਾਂ ਦੇ ਬੱਚੇ ਬਣ ਸਕੀਏ ਇਸ ਬਜ਼ੁਰਗ ਬਾਪੂ ਸਰਬਜੀਤ ਸਿੰਘ ਦੇ ਅਤੇ ਮਾਤਾ ਜੀ ਦੇ ਅਸੀਂ ਪੁੱਤ ਬਣ ਸਕੀਏ ਇਹਨਾਂ ਦਾ ਜਿਹੜਾ ਆਉਣ ਵਾਲਾ ਜੀਵਨ ਆ ਉਹ ਤੰਦਰੁਸਤੀ ਭਰਿਆ ਹੋਵੇ ਥੋੜ੍ਹਾ ਸਕੂਨ ਭਰਿਆ ਹੋਵੇ ਅਤੇ ਥੋੜ੍ਹਾ ਜਿਹੜਾ ਇਹ ਸਬਰ ਅਤੇ ਸੰਤੋਖ ਨਾਲ ਰਹਿ ਰਹੇ ਹਨ ਇਸ ਤੋਂ ਵੱਡੀ ਮਿਸਾਲ ਨਹੀਂ ਹੋ ਸਕਦੀ ਸਬਰ ਦੀ ਅਤੇ ਸੰਤੋਖ ਦੀ ਇਸ ਤੋਂ ਵੱਡੀ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਇੱਕ ਦੂਸਰੇ ਦੇ ਪ੍ਰਤੀ ਕੋਈ ਨਿਸ਼ਠਾ ਰੱਖ ਸਕਦਾ ਜਿੰਨੀ ਇਹ ਬਜ਼ੁਰਗ ਜੋੜੇ ਨੇ ਇੱਕ ਦੂਸਰੇ ਦੇ ਪ੍ਰਤੀ ਇੰਨੀ ਭਾਵਨਾ ਇੰਨੀ ਨਿਸ਼ਠਾ ਨਾਲ ਸੇਵਾ ਕਰ ਰਹੇ ਨੇ ਇਹ ਛੋਟੇ ਜਿਹੇ ਕਮਰੇ ਦੇ ਵਿੱਚ ਰਹਿ ਕੇ ਦੋਨੋਂ ਜਾਣੇ ਇੱਕ ਦੂਸਰੇ ਦੇ ਸਾਹਾਂ ਦੇ ਸਾਹ ਇੱਕ ਦੂਸਰੇ ਦੇ ਸਾਹ ਬਣੇ ਹੋਏ ਨੇ ਕਿਉਂਕਿ ਜੇ ਮਾਤਾ ਜੀ ਦੇ ਵਿੱਚ ਬਾਪੂ ਜੀ ਦੇ ਵਿੱਚ ਉਸ ਆਪਣੀ ਧਰਮ ਪਤਨੀ ਦੇ ਸਵਾਸ ਨੇ ਇੱਕ ਦੂਸਰੇ ਦੀ ਉਹ ਸਵਾਸਾਂ ਦੀ ਡੋਰ ਨੂੰ ਖਿੱਚੀ ਜਾਂਦੇ ਨੇ ਅਤੇ ਜੀ ਜਾਂਦੇ ਨੇ ਆਸ ਪਾਸ ਦੇ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਫਰਜ਼ ਅਦਾ ਕੀਤਾ ਇਸ ਘਰ ਦੇ ਵਿੱਚ ਜੇ ਦੋ ਇਸ ਤਰ੍ਹਾਂ ਦੇ ਡਿਸੇਬਲ ਪਰਸਨ ਰਹਿੰਦੇ ਹੋਣ ਉਸ ਘਰ 'ਚ ਸਾਫ਼ ਸਫਾਈ ਵੀ ਆ ਉਸ ਘਰ ਦੇ ਵਿੱਚ ਮਾਤਾ ਜੀ ਦੇ ਸਾਫ਼ ਕੱਪੜੇ ਵੀ ਪਾਏ ਹੋਏ ਨੇ ਅੱਗੋਂ ਵੀ ਕਮਰੇ ਹੈਗੇ ਜੀ ਅੱਗੋਂ ਇੱਧਰ ਆ ਆਹ ਜਿਹੜਾ ਆਪਾਂ ਨਾਲ ਆਏ ਦੋ ਰੂਮ ਆ ਉਧਰਲੇ ਕਿਚਨ ਉੱਧਰ ਨੇ ਹੈ ਅੱਛਾ ਵਾਸ਼ਰੂਮ ਵੀ ਫਿਰ ਮਾਤਾ ਜੀ ਨੂੰ ਵਾਸ਼ਰੂਮ ਵਗੈਰਾ ਫਿਰ ਇੱਥੇ ਹੀ ਕਰਾ ਦਿੰਦੇ ਹੋ ਠੀਕ ਆ ਜੀ ਠੀਕ ਆ ਤੁਹਾਨੂੰ ਯਾਨੀ ਕਿ ਇਸ ਘਰ ਦੀ ਹਰ ਚੀਜ਼ ਦਾ ਪਤਾ ਕਿਹੜੀ ਕਿੱਥੇ ਪਈ ਹੈ ਕਿਹੜੀ ਕਿੱਥੇ ਪਈ ਹੈ ਹਾਂ ਤੁਸੀਂ ਤੁਹਾਨੂੰ ਪਤਾ ਵਾ ਠੀਕ ਆ ਜੀ ਠੀਕ ਆ ਅੱਛਾ ਤੁਸੀਂ ਸੁੱਕਣੇ ਪਾ ਕੇ ਆਉਂਦੇ ਉੱਪਰ ਜਾ ਕੇ ਵਾਹ ਜੀ ਵਾਹ ਧੰਨ ਆ ਬਾਪੂ ਜੀ ਜੀ ਪਰ ਬਾਪੂ ਜੀ ਇਹ ਕਹਿਣਾ ਸਾਰੇ ਜਾਣਦੇ ਨੇ ਪਰ ਇਹਨੂੰ ਹੰਡਾਉਣਾ ਬਹੁਤ ਘੱਟ ਲੋਕ ਨੇ ਤੁਸੀਂ ਇਸ ਚੀਜ਼ ਨੂੰ ਹੰਡਾ ਰਹੇ ਹੋ ਤੇ ਇਹ ਵੱਡੀ ਗੱਲ ਆ ਜੀ ਤੇ ਉਹ ਵੀ ਮੁਸਕਰਾ ਕੇ ਉਹ ਵੀ ਖੁਸ਼ ਹੋ ਕੇ ਤੁਸੀਂ ਇਸ ਚੀਜ਼ ਨੂੰ ਹੰਡਾ ਰਹੇ ਹੋ ਪਰਮਾਤਮਾ ਤੁਹਾਨੂੰ ਹੋਰ ਬਲ ਦੇਵੇ ਹੋਰ ਹਿੰਮਤ ਦੇਵੇ ਅਤੇ ਆਪਾਂ ਗੱਲ ਕਰਦੇ ਸੀ ਬਾਪੂ ਜੀ ਵੀ ਅਸੀਂ ਕਿਸੇ ਦੀ ਪ੍ਰੋਪਰਟੀ ਨਹੀਂ ਕਲੇਮ ਕਰਦੇ ਜਿਹੜਾ ਇਹ ਤੁਹਾਡਾ ਘਰ ਬਾਰ ਆ ਤੁਸੀਂ ਆਪਣੇ ਭਰਾ ਭਤੀਜੇ ਨਾਲ ਗੱਲ ਕਰਕੇ ਹੈ ਨਾ ਤੁਸੀਂ ਇਹ ਉਹਨਾਂ ਦੀ ਸਪੁਰਦਾਰੀ ਦੇ ਵਿੱਚ ਜਾਂ ਜਿੱਦਾਂ ਵੀ ਤੁਹਾਨੂੰ ਜ਼ਿਆਦਾ ਪਤਾ ਅਤੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਇੱਕ ਵਾਰ ਸਾਡੇ ਨਾਲ ਵੀ ਗੱਲ ਕਰਵਾ ਦਿਉ ਅਸੀਂ ਤੁਹਾਨੂੰ ਹਸਨਪੁਰ ਪਿੰਡ ਆ ਜੀ ਲੁਧਿਆਣੇ ਸ਼ਹਿਰ ਦੇ ਵਿੱਚ ਹੀ ਪੈਂਦਾ ਪਿੰਡ ਇਹ ਬਾਹਰਲੇ ਪਾਸੇ 3-4 ਕਿਲੋਮੀਟਰ ਦੂਰ ਮੋਗਾ ਰੋਡ 'ਤੇ ਅਤੇ ਉੱਥੇ ਲੈ ਕੇ ਜਾ ਰਹੇ ਹਾਂ ਜੀ ਉੱਥੇ ਤੁਸੀਂ ਸਾਡੇ ਕੋਲ ਰਹਿ ਕੇ ਆਉਣ ਵਾਲਾ ਜੀਵਨ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਸਾਨੂੰ ਉਹ ਹਿੰਮਤ ਬਖਸ਼ਣ ਤੁਸੀਂ ਚੰਗੇ ਤਰੀਕੇ ਨਾਲ ਰਹਿ ਸਕੋ ਅਸੀਂ ਤੁਹਾਡੀ ਸੇਵਾ ਸੰਭਾਲ ਕਰ ਸਕੀਏ ਅਸੀਂ ਕੁਛ ਲੈਣਾ ਦੇਣਾ ਨਹੀਂ ਸਿਰਫ ਇੱਕ ਤੁਹਾਡੀ ਸੇਵਾ ਮੰਗਦੇ ਹਾਂ ਉਸ ਵਾਹਿਗੁਰੂ ਤੋਂ ਵੀ ਤੁਹਾਡੇ ਤੋਂ ਵੀ ਤੁਸੀਂ ਫਿਕਰ ਕਿਸੇ ਗੱਲ ਦਾ ਨਹੀਂ ਕਰਨਾ ਬਸ ਇੱਕ ਇੰਨਾ ਹੀ ਆ ਵੀ ਕੱਲ੍ਹ ਨੂੰ ਆ ਤੁਹਾਡਾ ਜਿਹੜਾ ਘਰ ਆ ਅਸੀਂ ਅੱਗੇ ਬਾਪੂ ਜੀ ਨੂੰ ਲੈ ਕੇ ਆਏ ਚੰਡੀਗੜ੍ਹੋਂ ਉਹਨਾਂ ਦੀ ਬੇਟੀ ਨੂੰ ਅਤੇ ਉਹਨਾਂ ਨੂੰ ਦੋਨਾਂ ਨੂੰ ਡਿਸੇਬਲ ਸੀ ਉਹ ਅਤੇ ਬਾਅਦ ਜਦੋਂ ਅਸੀਂ ਘਰ ਉਹਨਾਂ ਨੂੰ ਲੈ ਕੇ ਚਲੇ ਗਏ ਮਹੀਨੇ ਕੁ ਬਾਅਦ ਉਹਨਾਂ ਦੇ ਘਰ ਪਿੱਛੇ ਚੋਰੀ ਹੋ ਗਈ ਅਤੇ ਉਹ ਫਿਰ ਬੜੀ ਸਾਡੇ ਲਈ ਵੀ ਇੱਕ ਜ਼ਿੰਮੇਵਾਰੀ ਵਾਲੀ ਇਹ ਹੁੰਦੀ ਆ ਵੀ ਜੇ ਕੱਲ੍ਹ ਨੂੰ ਇੱਥੇ ਤੁਹਾਨੂੰ ਕੋਈ ਇੱਦਾਂ ਦਾ ਉਹ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਆਪਣੇ ਪਰਿਵਾਰ ਲਈ ਜੀ 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 ਬਸ ਮੇਰੇ ਖਿਆਲ ਕੋਈ ਨਹੀਂ ਹੈ।
ਕੀ ਕਹਿੰਦੇ ਮਾਤਾ ਜੀ? ਕੁਛ ਨਹੀਂ ਹੈ। ਬਾਕੀ ਦੇਖਣ ਵਾਲੇ ਹੈਗੇ ਗੱਲੇ ਮਾਤਾ। ਕੀ ਕਹਿੰਦੇ ਮਾਤਾ ਜੀ? ਸੋਨਾ 8-10 ਸੋਲੇ ਸੋਨਾ ਸੀਗਾ, ਸੋਨੇ ਦਾ ਪਾਇਆ ਹੋਇਆ। ਹਾਂਜੀ ਸਰ, ਵੇਚ ਦਿੱਤਾ ਸੀ। ਅੱਛਾ, ਵੇਚ ਦਿੱਤਾ। ਮਕਾਨ ਲਿੱਤਾ ਸੀ, ਇਹਦੇ ਵਿੱਚ ਦੇ ਦਿੱਤਾ ਸੀਗਾ। ਅੱਛਾ, ਜਦੋਂ ਮਕਾਨ ਲਿੱਤਾ ਸੀ ਉਦੋਂ ਵੇਚ ਦਿੱਤਾ ਸੀ। ਹਾਂਜੀ, ਕਿਉਂਕਿ ਬੁੱਢਾ ਦੀ ਕਿਸ਼ਤ ਦੇਣੀ ਸੀਗੀ। ਦੇਖੋ ਮਾਤਾ ਜੀ ਦੇ ਹੱਥ ਵੀ ਇਹਨੇ ਨਾ ਗਠੀਏ ਨੇ ਕਿੱਦਾਂ ਜੋੜ ਦਿੱਤੇ ਨੇ। ਆਹ ਹੱਥ ਦੀਆਂ ਉਂਗਲਾਂ ਦੇਖੋ ਕਿੱਦਾਂ ਕਿੱਧਰ ਨੂੰ ਚਲੇ ਗਈਆਂ। ਆਹ ਹੱਥ ਦੀਆਂ ਵੀ ਉਂਗਲਾਂ ਹੈ ਨਾ ਸੁੱਕ ਕੇ ਵੱਡੀ। ਤਾਂ ਗੱਲ ਇਹ ਵੀ ਚਾਰ ਫੁਲਕੇ ਜਿਹੜੇ ਹੈਗੇ ਨੇ ਸਵੇਰੇ ਅਤੇ ਤਿੰਨ ਚਾਰ ਫੁਲਕੇ ਸ਼ਾਮ ਨੂੰ ਦੋਨੋਂ ਜਾਣੇ ਖਾਂਦੇ ਨੇ, ਬੜੇ ਸਬਰ ਦੇ ਨਾਲ ਰਹਿੰਦੇ ਨੇ। ਠੀਕ ਆ ਜੀ। ਅੱਛਾ, ਆਪ ਨਹੀਂ ਛੱਕ ਸਕਦੇ ਇਹ? ਬੁਰਕੀ ਵੀ ਨਹੀਂ ਟੁੱਟਦੀ ਥੋਤੋਂ ਤਾਂ, ਕਿਉਂਕਿ ਉਂਗਲਾਂ ਦੀ ਬਨਾਵਟ ਹੀ ਹੋਰ ਤਰ੍ਹਾਂ ਦੀ ਹੋ ਗਈ ਆ। ਓਕੇ ਜੀ। ਫਿਰ ਟਿਫਨ ਅੰਕਲ ਜੀ ਲਵਾਇਆ ਹੋਇਆ ਟਿਫਨ, ਇਹ ਪ੍ਰਸ਼ਾਦਾ ਕਿੱਥੋਂ ਆਉਂਦਾ ਜੀ ਟਿਫਨ? ਇੱਥੇ ਕੋਈ ਇੱਥੇ ਨੇੜੇ ਹੀ ਆ ਕੋਈ? ਨੇੜੇ ਹੀ ਆ ਜੀ। ਠੀਕ ਆ ਜੀ। ਉਹ ਕਿੰਨੇ ਪੈਸੇ ਲੈਂਦੇ ਆ ਰੋਜ਼ ਟਿਫਨ ਵਾਲੇ? ਅਸੀਂ ਤਾਂ ਪਹਿਲੇ ਬਹੁਤ ਪਹਿਲੇ ਤੋਂ ਪਹਿਲੇ ਕਿਸੇ ਹੋਰ ਨੂੰ ਲਾਇਆ ਸੀਗਾ ਜੀ। ਉਹ 2000 ਮੰਗਦਾ ਹੁੰਦਾ ਸੀ ਸਾਡੇ ਕੋਲ ਮਹੀਨੇ ਦਾ। ਮਹੀਨੇ ਦਾ ਜੀ। ਜਦੋਂ ਅਸੀਂ ਮੈਂ ਚਲਾਉਂਦੇ ਰਹੇ ਆ ਮੇਰੇ ਵਟਸਐਪ ਸਭ ਤੋਂ ਇਕੱਠੇ ਹੁੰਦੇ ਸੀ ਜੀ, ਦਿੰਦੇ ਰਹੇ ਉਹ ਕਿਸੋ ਕੇ। ਚਲੋ ਉਹਨੇ ਕਹਿਤਾ ਜੀ ਹੁਣ ਕਰਾਂਗੇ, ਮੈਂ ਤਾਂ 4000 ਰੁਪਏ ਦਊਂਗਾ। ਅੱਛਾ ਜੀ। ਮੈਂ ਕਿਹਾ ਮੇਰੇ ਤੋਂ ਬਸ 4000 ਦੇਣਾ ਨਹੀਂ ਹੈਗਾ, ਮੈਨੂੰ 3000 ਰੁਪਏ ਮਿਲਦਾ ਵੇ, ਖਰਚਾ ਮਿਲਦਾ ਜੀ। 4000 ਮੈਂ ਤੁਹਾਨੂੰ ਕਿਵੇਂ ਦੇ ਦੇਣਾ ਜੀ? ਮੈਂ ਫਿਰ ਹੁਣ ਕੀ ਕੀਤਾ, ਮੈਂ 1200 ਦੀ ਰੋਟੀ ਮੈਂ ਲਗਾ ਦਿੱਤੀ ਹੈ, ਅੱਜ ਫੁਲ ਕੇ 1200 ਦੀ ਲਾਲ ਤੇ। ਅੱਛਾ, ਸਬਜ਼ੀ ਮੈਂ ਆਪ ਲਾਉਣਾ ਵਾ। ਅੱਛਾ, ਸਬਜ਼ੀ ਆਪ ਬਣਾ ਲੈਂਦੇ ਹੋ? ਹਾਂ ਜੀ, ਸਬਜ਼ੀ ਮੈਂ ਸਾਰੀ ਆਪ ਲਾਉਣਾ ਵਾ, ਰੋਜ਼ ਜਾਂਦਾ ਗਲੀ 'ਚ ਆ ਜਾਂਦੀ ਹੈ, ਸਬਜ਼ੀ ਮੈਂ ਆਪ ਲਾਉਣਾ ਰੋਜ਼ ਡੇਲੀ। ਵਾਹਿਗੁਰੂ। 4-8 ਫੁਲਕੇ ਉਹ 1200 ਰੁਪਏ ਮਹੀਨੇ ਦਾ ਮਿਲਦੇ ਸਾਨੂੰ, ਬਸ ਉਹ ਖਾ ਲਈਦਾ, ਆਪਣਾ ਗੁਜ਼ਾਰ ਚੱਲ ਜਾਂਦਾ ਪਏ। ਸਬਜ਼ੀ ਮੈਂ ਯਾਰ ਮੈਂ ਰੋਜ਼ ਜਾਂਦਾ ਤਾਜ਼ੀ, ਗੱਡੀ ਜਾਂਦੀ ਹੈ ਜੀ, ਬਣਾ ਲੈਣਾ ਆਪੇ ਬਣਾ ਲੈਣਾ, ਕੁੱਕਰ ਪਾਇਆ ਕਰਕੇ ਬਣਾਈ ਦਾ ਭਾਈ ਬਣ ਜਾਂਦੀ ਆਪੇ, ਚਾਹ ਪਾਣੀ ਮੈਂ ਸਭ ਕੁਛ ਆਪ ਬਣਾ ਲੈਣਾ। 8 ਫੁਲਕੇ ਫਿਰ ਯਾਨੀ ਕਿ 4 ਸਵੇਰੇ 4 ਸ਼ਾਮ ਨੂੰ ਤੁਸੀਂ ਖਾ ਲੈਂਦੇ ਹੋ? 5 ਸਵੇਰੇ ਖਾ ਲਈਦਾ ਜੀ, ਫਿਰ ਮੈਂ ਤਾਂ 2 ਰਾਤੀ 2 ਫੁਲਕੇ ਦੇ ਇੱਕ ਬੈਗ ਇਹਨਾਂ ਸਵੇਰੇ 3 ਖਾਂਦੇ ਨੇ, 2 ਇਹ ਖਾ ਲੈਂਦੇ ਨੇ, ਰਾਤ ਨੂੰ 2 ਤੁਸੀਂ ਖਾ ਲੈਂਦੇ ਹੋ, 1 ਮਾਤਾ ਜੀ ਖਾ ਲੈਂਦੇ ਨੇ। ਕੋਈ ਹੋਰ ਦੁੱਧ ਪਾਣੀ ਕੋਈ ਹੋਰ? ਠੀਕ ਆ ਜੀ। ਉਹ ਲਵਾਇਆ ਹੋਇਆ ਉਹ ਵੀ ਹੈ ਨਾ, ਜਿਵੇਂ ਹੁਣ ਰਾਸ਼ਨ ਦੇਣ ਆਏ ਸੀਗੇ ਦੁਕਾਨ ਵਾਲੇ ਕੋਈ ਹੈ ਨਾ, ਇਹ ਤੁਸੀਂ ਫੋਨ ਕਰਕੇ ਮੰਗਵਾਇਆ ਸੀ? ਠੀਕ ਆ ਜੀ, ਠੀਕ ਆ। ਓਕੇ, ਸੁੱਕਾ ਦੁੱਧ ਵਰਕਦੇ ਨੇ? ਓਕੇ ਓਕੇ। ਹਾਂਜੀ, ਉਹ ਤਾਂ ਫਿਰ ਮਹਿੰਗਾ ਵੀ ਬਹੁਤ ਪੈ ਜਾਂਦਾ ਸੁੱਕੇ ਦੁੱਧ ਨਾਲ ਹੀ ਤੁਸੀਂ ਯਾਨੀ ਕਿ ਹਿਸਾਬ। ਠੀਕ ਹੈ, ਠੀਕ ਹੈ। ਫਿਰ ਇਹਨਾਂ ਦੀਆਂ ਦਵਾਈਆਂ ਵਗੈਰਾ ਜਾਂ ਕੋਈ ਚੱਲਦੀਆਂ ਆਂਟੀ ਦੀਆਂ? ਦਵਾਈਆਂ ਪਹਿਲੇ ਤਾਂ ਨਹੀਂ ਚੱਲਦੀਆਂ, ਹੁਣ ਕਰਾਂਗੇ 4-6 ਮਹੀਨੇ ਗਿਰੇ ਨਾ ਜੀ, ਤਾਂ ਦਰਦਾ ਹੁਣ ਪਹਿਲੇ ਠੀਕ ਸਨ, ਹੁਣ ਫਿਰ ਦਵਾਈਆਂ ਮਾੜੇ ਮੋਟੇ ਦਵਾਈ ਖਾਣ, ਦਰਦਾ ਦਵਾਈ ਖਾਣ, ਹੋਰ ਕੋਈ ਖਾਸ ਕੋਈ ਪੱਕੀ ਦਵਾਈ ਕੋਈ ਹੋਰ ਤਾਂ ਨਹੀਂ ਚੱਲਦੀ ਇਹਨਾਂ ਦੀ? ਨਹੀਂ, ਹੋਰ ਕੋਈ ਦਵਾਈ ਤੁਹਾਡੀ? ਦਰਦ ਦਵਾਈ ਖਾਣ ਬਸ। ਤੁਹਾਡੀ ਕੋਈ ਦਵਾਈ ਚੱਲਦੀ ਆ? ਮੈਂ ਕੋਈ ਦਵਾਈ ਨਹੀਂ ਖਾਂਦਾ। ਇਹਨਾਂ ਦਾ ਐਕਸਰੇ ਪਤਾ ਅੰਕਲ ਕਿੱਥੇ ਪਿਆ ਬਾਪੂ ਜੀ? ਐਕਸਰੇ ਤੁਹਾਨੂੰ ਮਨ ਪਤਾ ਨਹੀਂ ਲੱਗਦਾ, ਐਕਸਰੇ ਐਕਸਰੇ ਹੋਏਗਾ ਦੇਖ ਲੈਣਾ, ਕੱਢ ਕੇ ਲਿਆਵਾਂ ਫਿਰ। ਹਾਂਜੀ, ਦੇਖੋ ਤਾਂ ਕਿੱਥੇ ਪਿਆ ਜੀ। ਹਾਂ, ਕੋਈ ਹੋਰ ਵੀ ਜਿਹੜੀਆਂ ਰਿਪੋਰਟਸ ਨੇ ਨਾ ਆਂਟੀ ਦੀਆਂ ਉਹ ਲੈ ਆ, ਹਾਂ ਉਹ ਵੀ ਕੱਢ ਦਿਓ ਜੀ, ਦਿਖਾ ਦਿਓ ਇਹਦੇ ਵਿੱਚ ਹੀ ਆ ਕੋਈ, ਮੈਂ ਕੱਢ ਲਵਾਂ, ਕੱਢ ਲਓ ਕੱਢ ਲਓ। ਹਾਂਜੀ ਹਾਂਜੀ, ਮਿਲ ਗਿਆ ਮਿਲ ਗਿਆ। ਢੂਈ ਦਾ ਜਿਹੜਾ ਐਕਸਰਾ ਕਰਾਇਆ ਸੀ ਉਹ ਦੇ ਦੋ, ਉਹ ਨੀ ਹੈਗਾ ਚ ਐਮ ਆਰ ਆਈ ਹੋਈ ਆ, ਹਾਂ ਉਹ ਦੇ ਦੋ ਨਾਲ ਚੱਲਿਆ ਕਾਕਾ, ਛੱਡਦੇ ਛੱਡਦੇ ਆਪੇ ਨੰਗੇ ਨੇ ਤੀਰੇ। ਦੇਖੋ ਇੱਕ ਅੱਖਾਂ ਤੋਂ ਬਲਾਇੰਡ ਪਰਸਨ ਕਿਸ ਤਰ੍ਹਾਂ ਦੇ ਨਾਲ ਆਪਣੀ ਇੱਕ ਜੀਵਿਕਾ ਬਤੀਤ ਕਰਦੇ ਨੇ। ਆਂਟੀ ਜੀ ਉਧਰ ਪੈਂਦੇ ਨੇ, ਤੁਸੀਂ ਇਧਰ ਪੈ ਜਾਂਦੇ ਹੋ ਜੀ? ਅੱਛਾ ਜੀ, ਜੀ
ਸਿਰ ਪਾਰਟ ਪੈ ਗਿਆ ਓਕੇ ਸਿਰ ਟਾਂਕੇ ਲੱਗ ਜਾਂਦੇ ਫਿਰ ਸਾਰੇ ਸਿਰ ਤੇ ਲੈ ਗਏ ਉਹਨਾਂ ਨੂੰ ਜੀ ਨਾਲ ਕਹਿੰਦਾ ਵੀ ਉਹ ਕਪੜਾ ਖੁੱਲਾ ਵੇ ਆਂ ਜਾਣੇ ਮੈਂ ਉੱਥੇ ਪਹੁੰਚਦਾ ਫਿਰ ਜੀ 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 ਇਹ ਵਾਸ਼ਰੂਮ ਹਨ ਜਿੱਥੇ ਆਂਟੀ ਜੀ ਡਿੱਗ ਪਏ ਸੀਗੇ ਇਹ ਉਹ ਵਾਸ਼ਰੂਮ ਆ ਕਿਉਂਕਿ ਜਦੋਂ ਦਾ ਮਕਾਨ ਲਿਆ ਉਸ ਤੋਂ ਬਾਅਦ ਕੋਈ ਰਿਪੇਅਰ ਨਹੀਂ ਕਰ ਸਕੇ ਹਾਂ ਪੈਸੇ ਨਹੀਂ ਸੀ ਕਿਉਂਕਿ ਇੱਥੇ ਅੰਕਲ ਜੀ ਕਹਿੰਦੇ ਵੀ ਮੈਂ ਆਪ ਸਬਜ਼ੀ ਬਣਾਉਣਾ ਹਰ ਰੋਜ਼ ਦਾਲ ਸਬਜ਼ੀ ਆਪ ਬਣਾਉਂਦੇ ਨੇ ਭਾਂਡੇ ਆਪ ਧੋਂਦੇ ਨੇ ਇੱਥੇ ਸਾਰੀਆਂ ਚੀਜ਼ਾਂ ਉੱਦਾਂ ਹੀ ਪਈਆਂ ਪਰ ਕੁਛ ਚੀਜ਼ਾਂ ਇੱਦਾਂ ਦੀਆਂ ਜਿਨ੍ਹਾਂ ਨੂੰ ਕਦੇ ਟੱਚ ਹੀ ਨਹੀਂ ਕੀਤਾ ਗਿਆ ਹਾਂ ਦੇਖੋ ਇੱਥੇ ਲੂਣ ਮਿਰਚ ਮਸਾਲਾ ਸਾਰਾ ਹੈ ਨਾ ਇਹ ਚੀਜ਼ਾਂ ਰੱਖੀਆਂ ਹੋਈਆਂ ਵਾ ਕਿਉਂਕਿ ਬੜਾ ਲਿਮਿਟਡ ਜਿਹਾ ਦਾਇਰਾ ਇਹਨਾਂ ਦਾ ਉਸੇ ਉਨੇ ਕੁ ਸਿਸਟਮ ਦੇ ਨਾਲ ਰੋਟੀ ਪਾਣੀ ਖਾਣ ਜੋਗਾ ਆਪਦਾ ਕਰ ਲੈਂਦੇ ਨੇ ਦੋਨੋਂ ਜਾਣੇ ਅਤੇ ਪਰ ਹੁਣ ਪਿਛਲੇ ਕਰੀਬ 2 ਸਾਲਾਂ ਤੋਂ ਆਂਟੀ ਮੰਜੇ 'ਤੇ ਪਏ ਨੇ ਅਤੇ ਆਹ ਇਹਨਾਂ ਦੇ ਹਰ ਰੋਜ਼ ਦੇ ਜ਼ਿੰਦਗੀ ਦੀਆਂ ਆਹ ਦੇਖੋ ਆਹ ਫੁਲਕੇ ਪਏ ਨੇ ਉਹ ਜਿਹੜੇ ਸ਼ਾਮ ਨੂੰ ਛਕਣੇ ਆ ਇਹ ਉਹ ਫੁਲਕੇ ਨੇ ਅੱਜ ਤਾਂ ਮੈਨੂੰ ਲੱਗਦਾ ਸ਼ਹਿਰ ਛਕੇ ਨਹੀਂ ਹੁੰਦੇ ਜਿਵੇਂ 8 ਦੇ 8 ਹੀ ਪਏ ਨੇ ਪੂਰੇ ਚੱਲਦੇ ਹੀ ਚੱਲਦੇ ਆ ਅਤੇ ਆਹ ਫਰਿੱਜ ਆ ਬਹੁਤ ਪੁਰਾਣੀ ਕਿਤੇ ਮੈਨੂੰ ਲੱਗਦਾ ਵੀ ਕਿਉਂਕਿ ਦੁੱਧ ਵਗੈਰਾ ਲੈਂਦੇ ਨਹੀਂ ਗੇ ਅਤੇ ਇਹਨੂੰ ਵਰਤਦੇ ਨਹੀਂ ਗੇ ਲੱਭਿਆ ਨਹੀਂ ਐਕਸਰੇ ਨਹੀਂ ਰਹਿਣ ਦਿਓ ਕੋਈ ਨਾ ਅੰਕਲ ਰਹਿਣ ਦਿਓ ਛੱਡ ਦਿਓ ਕੋਈ ਨਾ ਉੱਠੋ ਤੁਸੀਂ ਹਾਂ ਐਕਸਰੇ ਲੱਭਦੇ ਮੈਂ ਦੇਖ ਲੈਣਾ ਅੰਕਲ ਇੱਕ ਮਿੰਟ ਦੇਖਦਾ ਮੈਂ ਤੁਸੀਂ ਬੈਠੋ ਉੱਠ ਕੇ ਬੈਠੋ ਕੋਈ ਨਾ ਕੋਈ ਨਾ ਅੰਕਲ ਤੁਸੀਂ ਵੀ ਇਹਨਾਂ ਦੇ ਗੁਆਂਢੀ ਹੋਈ ਆ ਜੀ ਖਰੋਟ ਦੇ ਗਿਆ ਕੋਈ ਪਰ ਖਾਣ ਦੇ ਜੋਗੇ ਦੰਦ ਹੀ ਨੀ ਬਚੇ ਗਏ ਮਸ਼ਹੂਰ ਅੰਕਲ ਉਹਨਾਂ ਦੀਆਂ ਪੁਰਾਣੀਆਂ ਆਂਟੀ ਜੀ ਦੀਆਂ ਪੁਰਾਣੀਆਂ ਤਸਵੀਰ ਆ ਕੋਈ ਇਹ ਅੰਕਲ ਜੀ ਦੀ ਪੁਰਾਣੀ ਤਸਵੀਰ ਆ ਦੇਖੋ ਆਂਟੀ ਜੀ ਦੀ ਤਸਵੀਰ ਆ ਜੀ ਅੰਕਲ ਜੀ ਆਹ ਫੜਿਓ ਜੀ ਇਹਦੇ 'ਚ ਨਾ ਤੁਹਾਡੇ ਆਧਾਰ ਕਾਰਡ ਅਤੇ ਬੈਂਕ ਦੀਆਂ ਕੁਛ ਕਾਪੀਆਂ ਵਗੈਰਾ ਵਾ ਹਾਂਜੀ ਇਹ ਥੋੜ੍ਹਾ ਕੋਲ ਰੱਖ ਲਿਓ ਇੱਕ ਮਿੰਟ ਅੰਕਲ ਆਪਣਾ ਆਧਾਰ ਕਾਰਡ ਵਗੈਰਾ ਦੀਆਂ ਕਾਪੀਆਂ ਲੈਣੀਆਂ ਸੀ ਅਤੇ ਇਹ ਦੇਖੋ ਜਦੋਂ ਬਿਲਕੁਲ ਠੀਕ ਠਾਕ ਸੀਗੇ ਆਂਟੀ ਜੀ ਦੀਆਂ ਖੜੀ ਦੀਆਂ ਹੈ ਨਾ ਆਂਟੀ ਜੀ ਦੀ ਕੋਈ ਤਸਵੀਰ ਆ ਇਹ ਅਤੇ ਵਾਹਿਗੁਰੂ ਅੱਛਾ ਜੀ ਲੱਭੀਆਂ ਜੀ ਰਿਪੋਰਟਾਂ ਕੋਈ ਨਹੀਂ ਚਲੋ ਕੋਈ ਨਾ ਆ ਜਾਓ ਫਿਰ ਕੋਈ ਨਾ ਲੱਭਿਆ ਨਹੀਂ ਜੀ ਐਕਸਰੇ ਅੰਕਲ ਆਸ ਇਹਦੇ 'ਤੇ ਦੇਖਿਓ ਜੀ ਇੱਥੇ ਤਾਂ ਨਹੀਂ ਪਿਆ ਛਾਤੀ 'ਤੇ ਕੋਈ
ਸਰਬਜੀਤ ਸਿੰਘ ਜੀ ਦੀ ਇਹਨਾਂ ਦੀ ਹੋਈ ਆ ਜੋ ਤੁਸੀਂ ਡਿੱਗੇ ਡੁੱਗੇ ਸੀ ਕਿਤੇ ਢੂਈ ਦੀ ਐਮ ਆਰ ਆਈ ਕਰਾਈ ਸੀ ਕੋਈ ਸਪਾਈਨ ਦੀ ਆ ਜੀ ਕਰਵ ਤੇ ਆ ਕਿ ਸਿੱਧੇ ਤੇ ਆ ਦੋਨਾਂ ਤੇ ਆ ਵਿੱਚ ਹੀ ਪਾ ਲਓ ਇਹ ਨਾਲ ਲੈ ਚੱਲਾਂਗੇ ਆਪਾਂ ਨਾਲ ਲੈ ਲਓ ਰਿਪੋਰਟ ਇਨਵਾਈਟਰ ਲੱਗਿਆ ਹੋਇਆ ਇੱਥੇ ਉੱਪਰ ਚੜ੍ਹ ਕੇ ਅੰਕਲ ਜੀ ਕਹਿੰਦੇ ਮੈਂ ਕੱਪੜੇ ਵਗੈਰਾ ਸੁੱਕਣੇ ਪਾ ਕੇ ਆਉਣਾ ਤੇ ਤਾਂ ਚੁਬਾਰੇ ਦੇ ਵਿੱਚ ਤੇ ਆਹ ਦੇਖੋ ਕਿੰਨਾ ਬੜਾ ਡਿਫੀਕਲਟ ਜਿਹਾ ਹੈਗਾ ਇਹ ਕਿੰਨਾ ਹਨਾ ਮੁਸ਼ਕਲ ਆ ਉੱਤੋਂ ਇੱਥੋਂ ਬਲਾਈਂਡ ਬੰਦੇ ਨੂੰ ਆਉਣਾ ਪੌੜੀ ਚੜ੍ਹਨੀ ਆ ਦੇਖੋ ਤਿੰਨ ਪੌੜੀਆਂ ਹਨਾ ਤੇ ਪਰ ਫਿਰ ਵੀ ਇਹ ਸਾਰਾ ਕੁਛ ਕਰ ਰਹੇ ਨੇ ਅੰਕਲ ਜੀ ਤੇ ਸਾਰਾ ਕੁਛ ਹਨਾ ਨਾ ਹੋਣ ਦੇ ਬਾਵਜੂਦ ਵੀ ਸਬਰ ਨਾਲ ਸੰਤੋਖ ਇੱਥੇ ਦੇਖੋ ਤਾਂ ਜੀ ਕਿਤੇ ਐਕਸਰੇ ਹਨਾ ਐਕਸਰੇ ਤੋਂ ਕੀ ਦਿੱਕਤ ਆਪਾਂ ਨੂੰ ਪਤਾ ਲੱਗ ਸਕਦਾ ਵੀ ਆਂਟੀ ਦੀ ਕੀ ਪ੍ਰੋਬਲਮ ਆ ਲੱਭਿਆ ਨਹੀਂ ਜੀ ਐਕਸਰਾ ਤੁਹਾਡਾ ਆਂਟੀ ਤੇ ਚਲੋ ਐਨੀਵੇ ਜੀ ਹੁਣ ਅਸੀਂ ਆਂਟੀ ਜੀ ਤੁਸੀਂ ਜਾਣਾ ਚਾਹੁੰਦੇ ਹੋ ਸਾਡੇ ਨਾਲ ਹਾਂਜੀ ਹਾਂ ਉਹ ਵੀ ਨਾਲ ਜਾਣਗੇ ਰੋ ਨਾ ਮਾਂ ਰੋ ਨਾ ਇੰਨਾ ਨਾ ਰੋ ਹੁਣ ਤੂੰ ਹੁਣ ਫਿਕਰ ਨਾ ਕਰ ਹੁਣ ਤੁਹਾਡੀ ਸੇਵਾ ਹੋਊਗੀ ਤੁਹਾਡੀ ਸੰਭਾਲ ਹੋਊਗੀ ਤੁਹਾਡਾ ਮਾਣ ਸਤਿਕਾਰ ਹੋਊਗਾ ਤੁਸੀਂ ਫਿਕਰ ਨਾ ਕਰੋ ਜਮਾ ਉਹਨਾਂ ਨੂੰ ਜਾ ਪਾਣੀ ਆਪਣੀ ਮੇਰੀ ਦਿੱਲੀ ਰੇਲ ਮੇ ਜਾ ਪਾਣੀ ਆਪਣੀ ਦਿਆ ਦੇਖੀ ਜਿਹੜੇ ਬਣੇ ਕੋਈ ਨਾ ਮਾਂ ਉੱਥੇ ਸਭ ਕੁਛ ਮਿਲੂ ਚਾਹ ਪਾਣੀ ਰੋਟੀ ਪਾਣੀ ਸਭ ਮਿਲੂਗਾ ਤੁਹਾਨੂੰ ਦੇ ਕੇ ਜਾਣਾ ਪੈਣਾ ਕਿੰਨਾ ਨੂੰ ਦੇ ਕੇ ਜਾਣਾ ਪੈਣਾ ਉਹਨਾਂ ਨੂੰ ਨਾਲ ਹੀ ਲੈ ਕੇ ਜਾਣਾ ਉੱਥੇ ਬੈਠਿਆਂ ਨੂੰ ਸਾਰਾ ਕੁਛ ਮਿਲ ਜਾਣਾ ਵਾ ਫਿਕਰ ਕਿਉਂ ਕਰਦੇ ਉੱਥੇ ਆਪ ਥੋੜੀ ਬਣਾਉਣਾ ਪੈਣਾ ਨਹੀਂ ਮੈਨੂੰ ਉਹ ਤਾਂ ਪਤਾ ਹੈਗਾ ਵੀ ਆਪ ਦਾ ਦੇ ਕੇ ਜਾਣਾ ਪੈਣਾ ਹੈਗਾ ਹਾਂ ਆਪ ਦੇ ਕੇ ਜਾਇਆ ਕਰਾਂਗੇ ਅਸੀਂ ਉੱਥੇ ਤੁਹਾਡੇ ਕੋਲ ਹੀ ਰਹਿਣਾ ਸਾਰਾ ਟਾਈਮ ਵਲੰਟੀਅਰ ਸਾਡੇ ਕੋਲ ਤੁਹਾਡੇ ਕੋਲ ਇੱਕ ਮੈਂਬਰ ਅਸੀਂ ਪੂਰਾ ਛੱਡਾਂਗੇ ਜਿਹੜਾ ਤੁਹਾਡੀ ਕੇਅਰ ਕਰੂ ਤੁਸੀਂ ਆਂਟੀ ਹੋਣਾ ਕੋਲ ਉੱਥੇ ਤੁਹਾਡੇ ਕੋਲ ਇੱਕ ਕੇਅਰ ਟੇਕਰ ਆਂਟੀ ਹੋਣਗੇ ਪਹਿਲਾਂ ਤੁਹਾਨੂੰ ਹਸਪੀਟਲ ਭੇਜਾਂਗੇ ਤੁਹਾਡਾ ਟ੍ਰੀਟਮੈਂਟ ਹੋਊਗਾ ਪ੍ਰੋਪਰ ਉੱਥੇ ਤੁਹਾਡੇ ਟੈਸਟ ਹੋਣਗੇ ਸਾਰੇ ਅੰਕਲ ਜੀ ਦੇ ਵੀ ਟੈਸਟ ਹੋਣਗੇ ਇਹਨਾਂ ਨੂੰ ਵੀ ਟ੍ਰੀਟਮੈਂਟ ਕਰਵਾਵਾਂਗੇ ਠੀਕ ਹੈ ਨਾ ਆ ਗਏ ਅੰਕਲ ਜੀ ਹਾਂ ਉਹਦਾ ਵੀ ਟ੍ਰੀਟਮੈਂਟ ਕਰਾਵਾਂਗੇ ਜਿਹੜਾ ਪੱਥਰੀ ਦਾ ਹੈਗਾ ਹਾਂ ਕੋਈ ਨਾ ਜੀ ਅੰਕਲ ਤੁਹਾਡੇ ਸਾਰੇ ਟੈਸਟ ਵਗੈਰਾ ਹੋਣਗੇ ਇਹ ਦੇਖੋ ਤੁਹਾਡੇ ਸਾਥੀ ਹੈ ਨਾਲ ਦੀ ਤੁਹਾਡੀ ਹਮ ਉਮਰ ਨੇ ਅੰਕਲ ਹੋਣੀ ਹੈ ਨਾ ਇਹਨਾਂ ਨੇ ਕਰਕੇ ਸਾਨੂੰ ਪਤਾ ਲੱਗਿਆ ਇਹ ਤੁਹਾਡੇ ਨਾਲ ਫਿਰ ਇਹਨਾਂ ਨੇ ਗੱਲ ਕੀਤੀ ਸੀ ਅੱਛਾ ਜੀ ਤੁਸੀਂ ਇਹਨਾਂ ਦੇ ਨੌਨ ਟੂ ਹੈ ਨਾ ਹੈ ਨੀ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਹੋਜੂ ਵੀ ਤੁਹਾਨੂੰ ਪਤਾ ਨੀ ਲੱਗੂ ਇਹ ਪਿੱਛੇ ਆਇਆ ਕਰਨਗੇ ਦੇਖੋ ਤੁਹਾਡੇ ਤੁਸੀਂ ਚਿੰਤਾ ਵੀ ਨੀ ਕਰਨੀ ਕਿ ਬਾਕੀ ਤੁਹਾਡੇ ਤੇ ਗੁਰੂ ਬਹੁਤ ਕਿਰਪਾ ਗੁਰੂ ਦੀ ਇਹਨਾਂ ਨੇ ਮੈਨੂੰ ਦੱਸਿਆ ਵੀ ਮਹੱਲੇ ਵਾਲੇ ਸਾਰੇ ਤੁਹਾਡੇ ਆਸ ਪਾਸ ਨੇ ਹਨਾ ਹਾਂ ਕੋਈ ਇੱਥੇ ਗਲਤ ਨੀ ਹੈ ਉਹ ਸੀਗਾ ਘਰ ਬਾਹਰ ਬਾਹਰ ਤੁਹਾਨੂੰ ਪਤਾ ਵੱਡੇ ਸ਼ਹਿਰਾਂ ਚ ਥੋੜਾ ਜਿਹਾ ਹੋਰ ਹਿਸਾਬ ਕਿਤਾਬ ਆ ਇੱਥੇ ਤੁਹਾਡਾ ਜਿਹੜਾ ਮਹੱਲਾ ਨਾ
सारे सपोर्टिव ने क्योंकि सारे बंदे दुखां चो निकल के आए। हाँ वड्डी गल तां इह सारे बंदयां ने ना सरवाइव कीता अंकल, ये सारे बंदे जिहड़े इत्थे रहिंदे ने ना ये सारे एक दूजे दुख चो निकल के आए हुए लोग ने सारे, है ना, इन्हां नूं पता भी तकलीफ की हुंदी आ। प्यार है तां इन्नी दूर ते चल गए हैं। बिलकुल जी बिलकुल, ठीक रहो, चले गए ना तो चले गए, लेकिन प्यार इन्हां नाल हैगा। तुसीं कितें होर रहिंदे हुण? चलो वाहिगुरु करांदे आ जी, सच्चे पातशाह साडी टीम दे मेंबर आ, अपने जोगे हो जाण आपां। हांजी ते पहलां वी संगरूर तो सानू उस संगरूर डिस्ट्रिक्ट तो भवानीगढ़ तो इत्थों रहिंदे सी ना पहलां वीरे होणी, ਉੱਥੋਂ ਵੀ ਸਾਨੂੰ ਕਈ ਸੇਵਾਵਾਂ ਅਸੀਂ ਇਕੱਠਿਆਂ ਨੇ ਬਲਿਆਲ ਪਿੰਡ ਤੋਂ ਇੱਕ ਬਾਈ ਨੂੰ ਲੈ ਗਏ ਸੀਗੇ। ਚਲੋ ਉਹ ਤਾਂ ਵਿਚਾਰਾ ਘਰਦਿਆਂ ਨੇ ਉਹਨਾਂ ਨੇ ਨਾ ਬੰਨਿਆ ਹੋਇਆ ਸੀ 27-28 ਸਾਲਾਂ ਤੋਂ। ਫਿਰ ਇੱਕ ਦੋ ਇੱਕੋ ਮਾਂ ਦੇ ਦੋ ਪੁੱਤ ਸੀਗੇ ਮਾਂ ਪਿਓ ਦੇ, ਉਹ ਦੋਨੇ ਹੀ ਮੈਂਟਲੀ ਅਪਸੈਟ ਸੀ, ਸੰਗਲਾਂ ਨਾਲ ਬੰਨੇ ਹੋਏ ਸੀ, ਉਹ ਵੀ 20-22 ਸਾਲਾਂ ਤੋਂ। ਉਹ ਵੀ ਠੀਕ ਹੋ ਕੇ ਹੁਣ ਵਾਪਸ ਆ ਗਏ ਆ, ਘਰੇ ਵਧੀਆ ਜ਼ਿੰਦਗੀ ਜਿਉਂਦੇ ਆ। ਅਤੇ ਇਹਨਾਂ ਕਿ ਇੱਦਾਂ ਕਈ ਵਾਰੀ ਕੁਛ ਕਰਮਾਂ ਦਾ ਹੁੰਦਾ। ਹਾਂ ਅਤੇ ਸਾਡੇ ਨਾਲ ਸ਼ਾਇਦ ਬਾਪੂ ਜੀ ਉਹਨਾਂ ਦਾ, ਸਰਦਾਰ ਜੀ ਉਹਨਾਂ ਦਾ ਕੁਛ ਜੁੜਿਆ ਹੋਇਆ। ਦੇਖੋ ਬਸ ਇਹ ਕਰਮ ਆ, ਸਾਡੇ ਕਰਮ ਸੀਗੇ, ਅਸੀਂ ਇੱਥੇ ਪਹੁੰਚ ਗਏ ਅੱਜ, ਹੈ ਨਾ। ਵਾਹਿਗੁਰੂ ਕਿਰਪਾ ਕਰਨ, ਸੱਚੇ ਪਾਤਸ਼ਾਹ ਮਿਹਰ ਕਰਨ ਵੀ ਅਸੀਂ ਰਹਿ ਕੇ ਜੀਵਨ ਬਤੀਤ ਕਰ ਸਕੋ। ਅਸੀਂ ਇਸੇ ਕਾਮਨਾ ਨਾਲ, ਇਸੇ ਆਸ਼ ਜਾਣੀ ਕਿ ਮਨਸ਼ਾ ਨਾਲ ਤੁਹਾਨੂੰ ਲੈ ਕੇ ਜਾ ਰਹੇ ਹਾਂ। ਹੋਰ ਇਹਦੇ ਪਿੱਛੇ ਕੋਈ ਨਹੀਂ, ਸਾਨੂੰ ਸਿਰਫ ਇੱਕੋ ਹੀ ਆ ਵੀ ਤੁਸੀਂ ਸੁੱਖ ਦਾ ਸਾਹ ਲਵੋ। ਤੁਹਾਨੂੰ ਹੋਰ ਉੱਥੇ ਬਜ਼ੁਰਗ ਮਿਲਣਗੇ ਜਿਹਨਾਂ ਨਾਲ ਤੁਸੀਂ ਗੱਲਾਂ ਬਾਤਾਂ ਮਾਰ ਕੇ ਤੁਹਾਡਾ ਮਨ ਥੋੜ੍ਹਾ ਖੁਸ਼ ਹੁੰਦਾ, ਸੁਣਦੇ ਹਾਂ ਗੱਲਾਂ, ਦੁਨੀਆਦਾਰੀ ਦੇਖਦੇ ਹਾਂ ਗੱਲਾਂ, ਹੈ ਨਾ, ਸਭ ਕੁਛ ਸਹੀ ਹੋਊਗਾ। ਆਪਾਂ ਚੰਗੀ ਸੋਚਣਾ ਚੰਗਾ ਕਰ ਰਹੇ ਹਾਂ, ਬਹੁਤ ਫਰਕ ਪੈ ਜਾਣਾ ਜੀ, ਉਹਨਾਂ ਨੇ ਜੀ ਪਰਮਾਤਮਾ ਕਿਰਪਾ ਕਰਨ, ਹੌਸਲਾ ਸੱਚੇ ਪਾਤਸ਼ਾਹ ਨੇ ਬਹੁਤ ਦਿੱਤਾ ਹੋਇਆ ਇਹਨਾਂ ਦੋਨਾਂ ਨੂੰ, ਅਤੇ ਉਹਨਾਂ ਨੇ ਮਾਤਾ ਜੀ ਨੇ ਉੱਠ ਕੇ ਤੁਰਨ ਲੱਗ ਜਾਣਾ, ਕਿਉਂਕਿ ਉਹਨਾਂ ਨੂੰ ਇਹ ਚਾਹਨਾ ਵੀ ਮੈਂ ਇਹਨਾਂ ਦੀ ਸੇਵਾ ਕਰਾਂ, ਇਹਨਾਂ ਦੇ ਮਨ 'ਚ ਇਹ ਚਾਹਨਾ ਵੀ ਮੈਂ ਉਹਨਾਂ ਦੀ, ਇਹ ਵੱਡੀ ਗੱਲ ਆ ਦੋਨਾਂ ਵਾਸਤੇ, ਉਹੀ ਇੱਕ ਵੱਡਾ ਕਾਰਨ ਇਹਨਾਂ ਤੋਂ ਜਿਹੜਾ ਇੱਥੇ ਤੱਕ ਲੈ ਕੇ ਆਇਆ। ਚਲੋ ਜੀ ਬਸ ਇੰਨੀਆਂ ਜੀ, ਉਹ ਗੱਲ ਉਹੀ ਹੈ ਜਿਹੜੀ ਕਹਿ ਰਹੇ ਨੇ ਵੀ ਮਾਲਕ ਦੀ ਖੇਡ ਆ, ਉਹ ਗੱਲ ਕਹਿੰਦੇ ਹਟੇ ਜੀ। ਗੁਰੂ ਸਾਹਿਬ ਨੇ ਕਿਹਾ ਵੀ ਮੇਰੇ ਜੇ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਵਾਹ ਜੀ ਵਾਹ, ਇਹਨਾਂ ਦੇ ਇਹੀ ਜਿਹੜੀ ਇਹਨਾਂ ਦੀ ਸਭ ਤੋਂ ਵੱਡੀ ਹੌਸਲੇ ਵਾਲੀ ਅਤੇ ਦ੍ਰਿੜਤਾ ਦੀ ਗੱਲ ਆ, ਜਿਹੜੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਅੱਜ ਵੀ ਇਹ ਇੱਕੋ ਹੀ ਹੈ, ਉਸੇ ਗੱਲ 'ਤੇ ਖੜ੍ਹੇ ਨੇ। ਗੁਰੂ ਸਾਹਿਬ ਨੇ ਸਾਨੂੰ ਰਸਤਾ ਹੀ ਇਹ ਦਿਖਾਇਆ, ਇਨਸਾਨ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਇਆ ਸੀ ਸਾਨੂੰ। ਸਿੱਖ ਸਾਜ ਕੇ ਉਹਨਾਂ ਨੇ ਦੂਜਿਆਂ ਤੋਂ ਵੱਖਰੇ ਕੀਤਾ, ਪਰ ਸਾਨੂੰ ਸਰਬ ਧਰਮ ਦੀ ਇੱਕ ਸਾਂਝੀ ਵਾਲਤਾ ਦਾ ਪਾਠ ਪੜ੍ਹਾਇਆ, ਸਭ ਤੋਂ ਉੱਚਾ ਧਰਮ ਇਨਸਾਨੀਅਤ ਆ ਇਹਦਾ ਪਾਠ ਪੜ੍ਹਾਇਆ। ਅੱਜ ਗੁਰੂ ਸਾਹਿਬ ਦੀ ਉਸੇ ਕਿਰਪਾ ਦੇ ਸਦਕਾ ਅਸੀਂ ਅੱਜ ਇੱਥੇ ਪਹੁੰਚੇ ਹਾਂ, ਉਸੇ ਕਿਰਪਾ ਦੀ ਸਦਕਾ ਸਰਦਾਰ ਸਰਬਜੀਤ ਸਿੰਘ ਅਤੇ ਮਾਤਾ ਜੀ ਸਾਡੇ ਸੁਰਿੰਦਰ ਕੌਰ ਜੀ ਦੀ ਸੇਵਾ ਸਾਨੂੰ ਮਿਲੀ ਆ, ਅਤੇ ਅਸੀਂ ਅੱਜ ਇਹਨਾਂ ਨੂੰ ਆਪਣੇ ਨਾਲ ਸਾਡੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾ ਰਹੇ ਹਾਂ। ਅਤੇ ਅਰਦਾਸ ਕਰਿਓ ਅਸੀਂ ਆਪਣੀ ਉਹ ਡਿਊਟੀ ਨਿਭਾ ਸਕੀਏ ਜਿਹੜੀ ਅੱਜ ਅਸੀਂ ਇੱਥੇ ਕਹਿ ਕੇ ਲੈ ਕੇ ਜਾ ਰਹੇ ਹਾਂ ਇਹਨਾਂ ਨੂੰ, ਵੀ ਅਸੀਂ ਤੁਹਾਡੇ ਪੁੱਤ ਹਾਂ, ਅਸੀਂ ਇਹਨਾਂ ਦੇ ਪੁੱਤ ਬਣ ਸਕੀਏ। ਸਾਨੂੰ ਇਹ ਪਰਮਾਤਮਾ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਹਿੰਮਤ ਬਖਸ਼ਣ ਵੀ ਅਸੀਂ ਇਹ ਡਿਊਟੀ ਨਿਭਾ ਸਕੀਏ। ਅਤੇ ਬਾਕੀ ਜਿਹੜੇ ਕੋਈ ਇਹਨਾਂ ਦੇ ਜਾਣਕਾਰ ਕੋਈ ਪੁਰਾਣੇ ਜਿਹੜੇ ਬਹੁਤ ਸਮੇਂ ਤੋਂ ਨਹੀਂ ਮਿਲੇ ਸਾਡੀ ਅੱਜ ਵੀਡੀਓ ਰਾਹੀਂ ਤੁਸੀਂ ਸ਼ਾਇਦ ਪਤਾ ਲੱਗ ਰਿਹਾ ਤਾਂ ਸਾਡੇ ਨਾਲ ਸੰਪਰਕ ਕਰੋ, ਇਹਨਾਂ ਨੂੰ ਜ਼ਰੂਰ ਮਿਲ ਕੇ ਜਾਓ, ਕਿਉਂਕਿ ਇਹਨਾਂ ਨੂੰ ਹੌਸਲੇ ਦੀ ਲੋੜ ਆ, ਤੁਹਾਡੇ ਸਾਥ ਦੀ ਲੋੜ ਆ, ਇਹਨਾਂ ਨੂੰ ਹੋਰ ਕੋਈ ਚੀਜ਼ ਦੀ ਜ਼ਰੂਰਤ ਨਹੀਂ ਹੈਗੀ, ਸਿਰਫ ਅਤੇ ਸਿਰਫ ਇੱਕ ਉਸ ਹੱਥ ਦੀ ਲੋੜ ਆ ਜਿਹੜਾ ਇਹਨਾਂ ਦੇ ਮੋਢੇ 'ਤੇ ਰੱਖਿਆ ਜਾਵੇ, ਜਿਹਨੂੰ ਇਹ ਪਹਿਚਾਣਦੇ ਹੋਣ ਵੀ ਇਹ ਉਹ ਹੱਥ ਆ ਜਿਹੜਾ ਜਿਹਦੇ ਨਾਲ ਮੈਂ ਲੰਬਾ ਸਮਾਂ ਗੁਜ਼ਾਰਿਆ, ਚਾਹੇ ਉਹ ਦਿੱਲੀ ਦੇ ਵਿੱਚ ਰਹਿੰਦੇ ਸਮੇਂ ਚਾਹੇ ਉਹ ਇੱਥੇ ਲੰਬਾ ਸਮਾਂ ਰਹਿੰਦੇ ਸਮੇਂ, ਇਹਨਾਂ ਦੇ ਨਾਲ ਜਿਨ੍ਹਾਂ ਦੇ ਲਿੰਕ ਰਹੇ ਹੋਣਗੇ, ਕੋਈ ਦੋਸਤ ਰਹੇ ਹੋਣਗੇ, ਕੋਈ ਰਿਸ਼ਤੇਦਾਰ ਹੋਣਗੇ, ਅਤੇ ਪਲੀਜ਼ ਉਹ ਆ ਕੇ ਇਹਨਾਂ ਨੂੰ ਜ਼ਰੂਰ ਮਿਲਿਓ, ਸਾਡੇ ਨਾਲ ਸੰਪਰਕ ਕਰਿਓ, ਅਤੇ ਬਾਕੀ ਅਰਦਾਸ ਕਰਿਓ ਅਸੀਂ ਆਪਣੇ ਇਸ ਮਾਂ ਬਾਪ ਦੀ ਸੇਵਾ ਕਰ ਸਕੀਏ। ਬਾਕੀ ਧੰਨਵਾਦ ਜੀ ਮਹੱਲਾ ਨਿਵਾਸੀਆਂ ਦਾ ਸਾਰਿਆਂ ਦਾ, ਤੁਹਾਡਾ ਭੈਣ ਜੀ ਬਹੁਤ, ਆਂਟੀ ਇਹ ਤੁਹਾਡੇ ਨਾਲ ਬਹੁਤ
मैं रोने क्यों आंटी, ऐना रो ना, रो ना मेरी मां, रो ना, है ना। आ भी तुहाडी धी आ, राणी भैण आ साडी, तुहाडी भी धी आ, है ना। इत्थे आपां रिश्ते बनाउण आए आ, तुहानूं रवाउण नहीं आएगे, रोना नहीं हुण, रोण दे दिन चले गए हुण बस, ठीक है जी। हुण खुश रहना, तंदरुस्त रहना, वाहिगुरू अगे बस इही अरदास आ, जिन्ने भी सवास बख्शे सच्चे पातशाह ने, उह तंदरुस्ती भरे ते सुकून भरे होण तुहाडे। आवाज सुन के तुहाडे नाल जिवें तुसीं अज प्यार कर रहे हो, जे मिलोगे तां इन्हां नूं हौसला होगा। बाकी फोन ते गल करदे रहो, है ना, असीं तुहाडे नाल गल करा दिया करांगे। लैटर पढ़ लिया काका, ते ये देखो ये आंटी दियाँ तस्वीरां वा, ये भी कहिंदे कुछ ज़्यादा लंबा समा नहीं होया इन्हां नूं भी, चंगे भले वधिया तुरे फिरदे सीगे। आ देखो आ खुंडी हथ 'च फड़ के फोटो खिचाई हुई आंटी जी ने, ते अंकल जी देखो वधिया, बिल्कुल सारा कुछ ठीक चल रहा सी, पर अज वक्त ने कुछ चक्कर इस तरह का कट्टिया। आंटी जी दे, हाँ जी अंकल, तुसी तां जरूर लाओ, क्योंकि तुहाडी आदत होनी है, तुसी होर कोई कपड़ा नहीं पा पाओगे, है ना। बाकी असीं नवें देवांगे तुहानूं सारे उत्थे, पजामे, लोअर जैकटां, जिहड़ी चीज़ चाहीदी आ, पर फिर भी तुसी अपने कपड़े जिन्हां चीज़ां तुसी कंफर्टेबल लै लो। बाकी आंटी जी दे वास्ते तां देखो बॉडी वार्मर पैणा इन्हां दे, इस टाइम ते डायपर लग्या करना, है ना, ते उह असीं उत्थों नवें देवांगे सारे, है ना। इक अद्धा कोई चीज़ लैणी आ आंटी वास्ते लै लो, आपदे वास्ते जे कुछ तुसीं लैणा लै लो, नहीं तुहानूं असीं नवें देवांगे उत्थों, दस्तारा कपड़े कशहरा सब मिलूगा तुहानूं, उते सब चीजां तुहाडे लई। कोई एक दो चीजां लैणियां लै लो, एक दो पीस, है ना, कई वारी फिट नहीं बहिंदा जां कोई होर आ, ते बाकी असीं लै लांगे उत्थों, सारा कुछ लै लांगे आपां। पहिलां तां दसो तुहाडा मन आ, चलीए आपां, फिक्रमंद तां नहीं किसे गल तों, हैं जी, हाँ जाना ना, हाँ बस फिर फिक्र ना करो, हाँ जी। कोई जिहड़ी भी चीज तुहानूं चाहीदी है थोड़ी बहुती, इत्थों अपने जिले च तुसीं कंफर्टेबल हो लै लो, हुणे 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 अज जी स्पेशल आए वीर जी, अज तां परस चौथे आउणा सी इहनां नूं, कलों 28 तरीक आ गुरु साहिब जी दे शहीद दिहाड़ियां दा, है ना, ते आपां उत्थे मनाउणा चल के, ਉੱਥੇ ਗੁਰੂ ਸਾਹਿਬ ਦੇ ਘਰ ਅਰਦਾਸ ਕਰਾਂਗੇ, ਬੈਠਾਂਗੇ ਗੁਰੂ ਘਰ 'ਚ। ਤੁਹਾਡਾ ਤਾਂ ਮਨ ਹੀ ਬਹੁਤ ਲੱਗੇਗਾ, ਮੈਨੂੰ ਤਾਂ ਐਂ ਲੱਗਦਾ ਵੀ ਤੁਸੀਂ ਗੁਰੂ ਘਰ ਦੀ ਡਿਊਟੀ ਦੇਣੀ ਚੱਲੇ ਹੋ ਉੱਥੇ, ਆਪਣੇ ਘਰ 'ਚ ਹੀ ਅੰਦਰ ਹੀ ਗੁਰੂ ਘਰ ਆ, ਉੱਥੇ ਤੁਸੀਂ ਆਪਣੀਆਂ ਸਵੇਰੇ ਇਸ਼ਨਾਨ ਕਰਕੇ ਗੁਰੂ ਘਰ 'ਚ ਬੈਠ ਸੇਵਾਵਾਂ ਦਿਆ ਕਰੋਗੇ। ਮੈਨੂੰ ਈਦਾ ਵਾਹਿਗੁਰੂ 'ਤੇ ਭਰੋਸਾ ਸੱਚੇ ਪਾਤਸ਼ਾਹ 'ਤੇ। ਸਾਡਾ ਜੀ ਉੱਥੋਂ ਸਵੇਰੇ ਜੀਵਗਾ ਤਾਂ ਆਪੋ ਆਪਣੇ ਤਰੀਕੇ ਨਾਲ, ਕੋਈ 5 ਵਜੇ ਵੀ ਉੱਠ ਖੜਦਾ, ਕੋਈ 4 ਵਜੇ ਵੀ, ਯਾਨੀ ਕਿ ਸਾਡੇ 6:30 ਵਜੇ ਸਟਾਰਟ ਹੋ ਜਾਂਦੇ ਆ, ਇੰਨੇ ਬੰਦ ਇਸ਼ਨਾਨ ਕਰਾਉਣਾ, ਬਰੱਸ਼ ਕਰਾਉਣੇ, ਫਿਰ ਹੈ ਨਾ ਸਾਰਿਆਂ ਨੇ ਦਸਤਾਰਾਂ ਬੰਨਣੀਆਂ, ਫਿਰ ਮੰਨ ਲਓ ਬਰੱਸ਼ ਤੋਂ ਬਾਅਦ ਚਾਹ ਪੀ ਲੈਣੀ, ਚਾਹ ਪੀ ਕੇ ਇਸ਼ਨਾਨ ਕਰਨ ਤੋਂ ਬਾਅਦ ਫਿਰ ਇੱਕ ਵਾਰੀ ਚਾਹ, ਫਿਰ ਉਸ ਤੋਂ ਬਾਅਦ ਫਰੂਟ ਛਕਾਉਂਦੇ ਹਾਂ, ਫਰੂਟ ਛਕਾ ਕੇ ਉਸ ਤੋਂ ਬਾਅਦ ਗੁਰੂ ਘਰ 'ਚ ਬੈਠੀ ਜਾਂਦੇ ਨੇ, ਜਾ ਕੇ ਸਾਰੇ ਨਹਾ ਕੇ ਦਸਤਾਰਾਂ ਬੰਨ ਕੇ ਕੱਪੜੇ ਪਾ ਕੇ, ਫਿਰ ਗੁਰੂ ਘਰ ਦੇ ਵਿੱਚ 2.5-3 ਘੰਟੇ ਫਿਰ ਪਾਠ ਹੁੰਦਾ, ਸਵੇਰੇ ਵੀ ਸ਼ਾਮ ਨੂੰ ਵੀ ਦੋਨੋਂ ਟਾਈਮ, ਹੈ ਨਾ, ਸੁਖਮਨੀ ਸਾਹਿਬ ਦਾ ਪਾਠ ਹੋਣਾ, 5 ਬਾਣੀਆਂ ਦਾ ਪਾਠ ਹੋਣਾ, ਹੁਕਮਨਾਮਾ ਅਰਦਾਸ, ਫਿਰ ਸਾਰਿਆਂ ਨੇ ਜਾਪ ਕਰਨਾ ਵਾਹਿਗੁਰੂ ਦਾ, ਮੈਕ ਫੜਾ ਦੇਈਦਾ, ਕੋਈ 2 ਮਿੰਟ ਸਤਨਾਮ ਵਾਹਿਗੁਰੂ ਕਹਿੰਦਾ, ਕੋਈ 1 ਮਿੰਟ ਕਹਿੰਦਾ, ਹੈ ਨਾ, ਤਾਂ ਫਿਰ ਉਹ ਜਾਪ ਤੋਂ ਬਾਅਦ ਫਿਰ ਹੁਕਮਨਾਮਾ ਲੈ ਕੇ ਅਰਦਾਸ ਹੋ ਕੇ ਉਸ ਤੋਂ ਬਾਅਦ ਪ੍ਰਸ਼ਾਦ ਵਰਤਾਉਂਦੇ ਹਾਂ, ਫਿਰ ਸਾਰੇ ਉੱਥੋਂ ਗੁਰੂ ਘਰ 'ਚੋਂ ਆ ਕੇ ਪ੍ਰਸ਼ਾਦਾ ਛਕਦੇ ਨੇ, ਗੁਰੂ ਕੇ ਲੰਗਰ ਪੰਗਤਾਂ ਲੱਗੀਆਂ ਹੁੰਦੀਆਂ, ਅਤੇ ਉੱਥੇ ਪ੍ਰਸ਼ਾਦਾ ਛਕ ਕੇ ਉਸ ਤੋਂ ਬਾਅਦ ਜਿਹਨੇ ਧੁੱਪੇ ਬਹਿਣਾ ਧੁੱਪੇ ਬੈਠ ਜਾਂਦੇ ਨੇ, ਜਿਹੜੇ ਅੰਦਰ TV ਲੱਗਿਆ ਉਸ ਅੰਦਰ TV ਬੈਠ ਜਾਂਦੇ ਨੇ, ਹਾਲ ਬਣਿਆ ਵੱਡਾ, ਅਤੇ ਜਿਨ੍ਹਾਂ ਨੇ ਫਿਰ ਮੰਨ ਲਓ ਕੋਈ ਹੋਸਪਿਟਲ ਜਾਣ ਵਾਲੇ ਨੇ ਪੇਸ਼ੈਂਟ, ਹਰ ਰੋਜ਼ 25-30 ਬੰਦੇ ਹੋਸਪਿਟਲਾਂ ਨੂੰ ਜਾਂਦੇ ਚੈੱਕਅਪ ਲਈ, ਉਹ ਹੋਸਪਿਟਲ ਭੇਜ ਦੇਈਦੇ ਆ ਚੈੱਕਅਪ ਕਰਾਉਣ ਚਲੇ ਜਾਂਦੇ ਨੇ ਵਲੰਟੀਅਰ, ਅਤੇ ਫਿਰ ਇਸ ਤਰ੍ਹਾਂ ਮੁੜ ਕੇ ਤਕਰੀਬਨ 1:30 ਵਜੇ ਫਰੂਟ ਇੱਕ ਵਾਰੀ ਫਿਰ ਦਿੰਦੇ ਹਾਂ ਅਸੀਂ, 3:30-4 ਵਜੇ ਚਾਹ ਛਕਦੇ ਨੇ ਸਾਰੇ, ਫਿਰ 5:30-5 ਵਜੇ ਫਿਰ ਗੁਰੂ ਘਰ ਦੇ ਵਿੱਚ ਸ਼ੁਰੂ ਹੋ ਜਾਂਦਾ, ਰਹਿਰਾਸ ਦਾ ਟਾਈਮ ਹੋ ਜਾਂਦਾ, ਫਿਰ ਜਦੋਂ ਗੁਰਦੁਆਰਾ ਸਾਹਿਬ 'ਚ ਪਾਠ ਕਰਕੇ ਸ਼ਾਮ ਨੂੰ ਅਰਦਾਸ ਹੋ ਕੇ ਭੋਗ ਲੈ ਕੇ ਬਾਹਰ ਆਉਂਦੇ ਨੇ, ਫਿਰ ਪ੍ਰਸ਼ਾਦਾ ਤਿਆਰ ਹੁੰਦਾ, ਮੂਹਰੇ ਟਾਟ ਲੱਗੇ ਹੁੰਦੇ ਆ, ਪ੍ਰਸ਼ਾਦਾ ਛੱਕ ਕੇ ਸੈਰ ਕਰਨ ਲੱਗ ਜਾਂਦੇ ਨੇ, ਅੰਦਰ ਹੀ ਪਾਰਕ ਆ ਵੱਡੀ ਸਾਰੀ ਵਿਚਾਲੇ ਵਿਹੜੇ ਦੇ, ਸੈਰ ਕਰਦੇ ਕਰਦੇ ਜਦ ਨੂੰ ਮੰਜੇ ਬਿਸਤਰੇ ਲੱਗ ਜਾਂਦੇ ਆ ਜੀ, ਅਤੇ ਫਿਰ ਸਾਰੇ ਆਪੋ ਆਪਣੇ ਬਿਸਤਰਿਆਂ 'ਚ ਪਹੁੰਚ ਜਾਂਦੇ ਆ ਜੀ,
ਇਹ ਸਾਡੀ ਦਿਨਚਰਿਆ ਜੀ ਬੜੇ ਮੈਂ ਤੁਹਾਨੂੰ ਜਿਹੜੀ ਦੋ ਤਿੰਨ ਮਿੰਟ 'ਚ ਸੁਣਾਈ ਆ ਇਹਦੇ ਪਿੱਛੇ ਬਹੁਤ ਵੱਡੀ ਫੋਰਸ ਕੰਮ ਕਰਦੀ ਆ ਇੰਨੇ ਮੈਂਬਰ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਮੈਂਬਰ ਨੇ ਜਿਹੜੇ ਡਿਸੇਬਲ ਨੇ ਚੱਲ ਫਿਰ ਨਹੀਂ ਸਕਦੇ 70-80 ਮੈਂਬਰ ਇੱਦਾਂ ਦੇ ਨੇ ਜਿਹੜੇ 100% ਡਿਸੇਬਲ ਨੇ ਅਤੇ ਉਹਨਾਂ ਦੀ ਕੇਅਰ ਕਰਨੀ ਉਹਨਾਂ ਨੂੰ ਡਾਇਪਰ ਕਿਸੇ ਨੂੰ ਦੋ ਵਾਰੀ ਬਦਲਦੇ ਹਾਂ ਕਿਸੇ ਨੂੰ ਇੱਕ ਵਾਰ ਬਦਲਦੇ ਹਾਂ ਹੈ ਨਾ ਕਿਸੇ ਨੂੰ ਇਸ਼ਨਾਨ ਕਰਾਉਣਾ ਇੱਕ ਵਾਰ ਕਿਸੇ ਨੂੰ ਦੋ ਵਾਰ ਫਿਰ ਬਲਾਈਂਡ ਪਰਸਨ ਨੇ ਸਾਡੇ ਕੋਲ 8-9 ਜਣੇ ਨੇ ਜਿਹੜੇ ਅੱਖਾਂ ਤੋਂ ਬਲਾਈਂਡ ਨੇ ਦੇਖ ਨਹੀਂ ਸਕਦੇ ਜਿਨ੍ਹਾਂ ਨੂੰ ਅਸੀਂ ਬੜੀ ਦੂਰ ਤੱਕ ਚੈੱਕਅਪ ਵੀ ਕਰਾਇਆ ਡਾਕਟਰਾਂ ਨੇ ਜਵਾਬ ਦਿੱਤਾ ਵੀ ਹੋ ਨਹੀਂ ਸਕਦੀ ਹੁਣ ਉਹਨਾਂ ਦੀ ਲਾਈਟ ਨਹੀਂ ਆ ਸਕਦੀ ਅਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਦਾ ਜਿਹੜਾ ਸਫ਼ਰ ਆ ਉੱਥੇ ਅੰਦਰ ਹੀ ਛੋਟਾ ਜਿਹਾ ਇੱਕ ਹੋਸਪਿਟਲ ਵੀ ਬਣਾਇਆ ਹੋਇਆ ਆਪਣਾ ਜਿੱਥੇ ਜਿਹੜੇ ਰੂਟੀਨ 'ਚ ਦਾਖਲ ਹੁੰਦੇ ਨੇ ਹੋਸਪਿਟਲ 'ਚ ਉਹਨਾਂ ਨੂੰ ਉੱਥੇ ਰੱਖਦੇ ਹਾਂ ਅਸੀਂ ਡਾਕਟਰ ਆਉਂਦੇ ਨੇ ਉੱਥੇ ਵੀ ਆਪਣੇ ਕੋਲ ਅਤੇ ਕੁਛ ਲੋਕ ਉਹ ਨੇ ਜਿਹੜੇ ਟੀੜੇ ਹੁਣ ਸਾਡੇ ਗ੍ਰੰਥੀ ਸਿੰਘ ਆ ਉਹ ਵੀ ਗੁਰਦੁਆਰਾ ਸਾਹਿਬ ਉੱਥੇ ਦਰਬਾਰ ਸਾਹਿਬ ਤੋਂ ਲੈ ਕੇ ਆਏ ਸੀ ਉਹਨਾਂ ਦੇ ਸਿਰ 'ਚ ਕੀੜੇ ਪਏ ਹੋਏ ਸੀ ਮੈਂਟਲੀ ਅਪਸੈਟ ਸੀਗੇ ਹੁਣ ਉਹ ਠੀਕ ਹੋ ਕੇ ਸਾਡੇ ਨਾਲ ਉੱਥੇ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਕੀਰਤਨੀਆ ਸਿੰਘ ਆ ਬਾਈ ਉਹਨੂੰ ਅਸੰਧ ਤੋਂ ਕਰਨਾਲ ਤੋਂ ਲੈ ਕੇ ਆਏ ਸੀ ਹਰਿਆਣੇ ਤੋਂ ਉਹਦੇ ਵੀ ਪੈਰ 'ਚ ਕੀੜੇ ਪਏ ਹੋਏ ਸੀ ਗੁਰੂ ਘਰ ਦਾ ਸੇਵਾਦਾਰ ਅੱਜ ਉੱਥੇ ਸਾਡੇ ਕੀਰਤਨੀ ਸਿੰਘ ਆ ਵੀਰ ਕਹਿੰਦੇ ਕਿ ਇਸ ਤਰ੍ਹਾਂ ਦੇ ਸਾਰੇ ਲੋਕ ਨੇ ਅਸੀਂ ਵੀ ਇੱਦਾਂ ਹੀ ਤੁਹਾਡੇ ਵਾਂਗੂ ਦੁੱਖਾਂ ਸੁੱਖਾਂ 'ਚੋਂ ਨਿਕਲ ਕੇ ਪਰਮਾਤਮਾ ਨੇ ਇੱਥੇ ਪਹੁੰਚਾਇਆ ਅਸੀਂ ਕੋਈ ਜੱਦੀ ਪੁਸ਼ਤੀ ਨਾ ਰਾਜੇ ਹਾਂ ਅਤੇ ਨਾ ਅਸੀਂ ਉਹ ਹਾਂ ਅਸੀਂ ਤਾਂ ਗੁਰੂ ਦੇ ਸੇਵਾ ਕਰਾ ਹੋ ਰਿਹਾ ਘਰ ਹੋ ਰਿਹਾ ਸਾਡੀ ਸੁਸਾਇਟੀ ਦਾ ਇੱਕ ਸਿੱਧਾ ਸਿੱਧਾ ਫੰਡਾ ਅਸੀਂ ਕਿਸੇ ਤੋਂ ਪੈਸੇ ਨਹੀਂ ਲੈਂਦੇ ਅਸੀਂ ਕਿਸੇ ਦੀ ਪ੍ਰੋਪਰਟੀ ਨਹੀਂ ਕਲੇਮ ਕਰਦੇ ਸਾਡੇ ਕੋਲ ਡੋਨੇਸ਼ਨ ਵੀ ਨਹੀਂ ਦੇ ਸਕਦਾ ਕੋਈ ਚੀਜ਼ਾਂ ਲਿਖ ਕੇ ਲਾਈਆਂ ਹੁੰਦੀਆਂ ਵੀ ਆਹ ਸਮਾਨ ਚਾਹੀਦੇ ਹਰ ਰੋਜ਼ ਲਿਸਟਾਂ ਲਾਉਂਦੇ ਹਾਂ ਜਾਂ ਇੱਥੇ ਇੱਥੇ ਪੈਸੇ ਦੇਣ ਵਾਲੇ ਫਲਾਨੇ ਹਸਪਤਾਲ 'ਚ ਦੇਣ ਵਾਲੇ ਆ ਦੁੱਧ ਦਾ ਬਿੱਲ ਆ ਬਿਜਲੀ ਦਾ ਬਿੱਲ ਆ ਹਾਰਡਵੇਅਰ ਦਾ ਬਿੱਲ ਆ ਦਵਾਈਆਂ ਦਾ ਬਿੱਲ ਆ ਸੰਗਤ ਆਪ ਆਪ ਦੇ ਕੇ ਜਾਂਦੀ ਉੱਥੇ ਉੱਥੇ ਜਾ ਕੇ ਆਪਣੇ ਹੱਥੀਂ ਸਾਡੇ ਕੋਲ ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਨੇ ਜ਼ਮੀਨਾਂ ਜਾਇਦਾਦਾਂ ਨੇ ਪਰ ਅਸੀਂ ਕਿਸੇ ਦੀ ਪ੍ਰੋਪਰਟੀ ਕਲੇਮ ਨਹੀਂ ਕਰਦੇ ਅਸੀਂ ਲਿਖ ਕੇ ਦੇ ਕੇ ਆਉਂਦੇ ਜੇ ਕੋਈ ਨਹੀਂ ਹੁੰਦਾ ਉਹਦਾ ਤਾਂ ਪਿੰਡ ਦੀ ਪੰਚਾਇਤ ਨੂੰ ਲਿਖ ਕੇ ਦੇ ਆਈਦਾ ਵੀ ਭਾਈ ਆਹ ਸਾਡਾ ਲੈਟਰ ਪੈਡ ਆ ਤੁਸੀਂ ਲਿਖ ਕੇ ਸਾਨੂੰ ਪ੍ਰੋਪਰਟੀ ਨਹੀਂ ਚਾਹੀਦੀ ਤੁਸੀਂ ਆਪਦੇ ਜਿਹੜੇ ਇਹਦੇ ਵਾਰਸ ਹੈਗੇ ਉਹਨਾਂ ਨੂੰ ਦੇ ਦਿਓ ਅਤੇ ਇਹੀ ਸਾਡੀ ਮੰਸ਼ਾ ਵਾ ਹੁਣ ਵੀ ਸਾਡੇ ਕੋਲ ਬਜ਼ੁਰਗ ਨੇ ਜਿਵੇਂ ਤੁਹਾਨੂੰ ਦੱਸ ਕੇ ਇਹਨਾਂ ਦੀ ਕੋਠੀ ਚੋਰੀ ਹੋਈ ਆ ਮਹਿੰਗੀ ਕੋਠੀ ਆ ਉਹ ਕਾਫੀ ਉਹ ਬਾਪੂ ਜੀ ਦੇ ਨਾਂ 'ਤੇ ਆ ਬਾਪੂ ਜੀ ਨਾਲ ਅਸੀਂ ਪਹਿਲਾਂ ਹੀ ਇਹ ਗੱਲ ਕੀਤੀ ਸੀ ਵੀ ਅਸੀਂ ਕੋਠੀ ਨਹੀਂ ਲੈਣੀ ਪਹਿਲਾਂ ਕੁਛ ਲੋਕ ਕਹਿੰਦੇ ਸੀ ਵੀ ਉਹਨਾਂ ਨੂੰ ਕਿਸੇ ਆਸ਼ਰਮ ਵਾਲੇ 'ਚ ਪਹਿਲਾਂ ਰਹੇ ਸੀ ਇੱਥੇ ਵੀ ਉਹਨਾਂ ਨੇ ਆਪਣੇ ਨਾਂ ਕਰਾ ਲਈ ਜਾਂ ਕਿਵੇਂ ਨਹੀਂ ਉਹ ਬਾਪੂ ਜੀ ਦੇ ਨਾਂ 'ਤੇ ਆ ਬਾਪੂ ਜੀ ਨੂੰ ਇਹੀ ਸ਼ਰਤ 'ਤੇ ਅਸੀਂ ਲੈ ਕੇ ਆਏ ਸੀ ਵੀ ਬਾਪੂ ਜਿਹੜੀ ਤੁਹਾਡੀ ਕੋਠੀ ਆ ਇਹ ਤੁਸੀਂ ਆਪਣੇ ਭਰਾ ਭਤੀਜੇ ਨੂੰ ਜਿਹਨੂੰ ਵੀ ਦੇਣਾ ਚਾਹੁੰਦੇ ਹਾਂ ਵੀ ਤੁਸੀਂ ਉਹਨੂੰ ਦੇ ਦਿਓ ਕਿਉਂਕਿ ਅਸੀਂ ਜੀ ਜਿਹੜੀ ਚੀਜ਼ ਤੁਹਾਡੀ ਆ ਇਹ ਤੁਹਾਡੇ ਵਿਰਾਸਤ ਆ ਤੁਹਾਡੀ ਇਹ ਤੁਹਾਡੀ ਵਾਰਸੀ ਇਹਨੂੰ ਸੰਭਾਲ ਸਕਦੇ ਆ ਸੰਸਥਾਵਾਂ ਇੱਥੇ ਕਿੱਲੇ ਕੱਢ ਕੇ ਬੈਠੇ ਰਹਿਣਗੇ ਅਸੀਂ ਕੀ ਕਰਨੀ ਆ ਬਾਪੂ ਠੀਕ ਹੈ ਸਾਨੂੰ ਤੁਹਾਡਾ ਆਸ਼ੀਰਵਾਦ ਚਾਹੀਦਾ ਇਕੱਲਾ ਬਸ ਉਹ ਤੁਸੀਂ ਦੇਣਾ ਹਾਂਜੀ ਜਿੰਨਾ ਤੁਹਾਡੇ 'ਚ ਸਬਰ ਆ ਮੈਂ ਸਲਿਊਟ ਕਰਦਾ ਤੁਹਾਡੇ ਸਬਰ ਨੂੰ ਸੱਚੀ ਬਾਪੂ ਜਿਹਦੀ ਅੱਖਾਂ ਦੀ ਰੋਸ਼ਨੀ ਤੁਹਾਡੇ ਮਨ ਦੀ ਐਡੀ ਵੱਡੀ ਰੋਸ਼ਨੀ ਆ ਸਾਡੀਆਂ ਅੱਖਾਂ 'ਚ ਪੈ ਰਹੀ ਆ ਅਸੀਂ ਝੁੰਧਿਆ ਰਹੀਆਂ ਸਾਡੀਆਂ ਅੱਖਾਂ ਸੱਚਾਈ ਹੈ ਗੱਲ ਕੋਈ ਮੈਂ ਕੋਈ ਬਣਾ ਕੇ ਨਹੀਂ ਕਹਿ ਰਿਹਾ ਉਸ ਮਾਂ ਦੇ ਚਿਹਰੇ 'ਤੇ ਚਾਹੇ ਉਹ ਮੰਜੇ 'ਤੇ ਹੀ ਪਈ ਆ ਉਹਦੇ ਚਿਹਰੇ 'ਤੇ ਅੱਜ ਵੀ ਇੱਕ ਉਹ ਨੂਰ ਆ ਰੱਬੀ ਰੂਹ ਆ ਤੁਸੀਂ ਜਿਹੜਾ ਇੱਥੇ ਇੱਕ ਦੂਜੇ ਦਾ ਸਾਥ ਨਿਭਾ ਰਹੇ ਹੋ ਨਹੀਂ ਲੋਕ ਇਹਨਾਂ ਹਾਲਾਤਾਂ ਦੇ ਵਿੱਚ ਖਤਮ ਹੋ ਜਾਂਦੇ ਛੱਡ ਜਾਂਦੇ ਨੇ ਇੱਕ ਦੂਜੇ ਦਾ ਸਾਰ ਛੱਡ ਦਿੰਦੇ ਨੇ ਇਰੀਟੇਟ ਹੋ ਹੋ ਕੇ ਇੱਕ ਦੂਜੇ ਨੂੰ ਖਤਮ ਕਰ ਲੈਂਦੇ ਨੇ ਪਰ ਤੁਸੀਂ ਸਬਰ ਨਾਲ ਅੱਜ ਵੀ ਉਹਦਾ ਭਾਣਾ ਮੰਨਦੇ ਹੋ ਅੱਜ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਮੈਨੂੰ ਗੁਰੂ ਨੇ ਕੋਈ ਘਰੋਪੀ ਨਹੀਂ ਮੇਰੇ 'ਤੇ ਮੈਨੂੰ ਤਾਂ ਸੇਵਾ ਲੱਗੀ ਜਿਹੜੀ ਜੋ ਹੈਗਾ ਸਾਡਾ ਸੀ ਜੋ ਹੈ ਉਹ ਹੈ ਇਹ ਤੁਸੀਂ ਮੰਨਦੇ ਹੋ ਹਾਂਜੀ ਇਹੀ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ ਸਰਬਜੀਤ ਸਿੰਘ ਬਾਪੂ ਜੀ ਦੇ ਪਰਿਵਾਰ ਤੋਂ ਇਹਨਾਂ ਦੇ ਜੀਵਨ ਤੋਂ ਇਹਨਾਂ ਦੇ ਇਹਨਾਂ ਹਾਲਾਤਾਂ ਤੋਂ ਵੀ ਅਸੀਂ ਛੋਟੀਆਂ ਛੋਟੀਆਂ ਤਕਲੀਫਾਂ ਨੂੰ ਵੱਡੀਆਂ ਮੰਨ ਕੇ ਗੁਰੂ ਨੂੰ ਰੱਬ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ ਪਰ ਕੋਸਿਆਂ ਕੁਛ ਨਹੀਂ ਬਣਨਾ ਲੜਾਈ ਲੜਨੀ ਪੈਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਹੁਣ ਤੁਹਾਡਾ ਬਾਪੂ ਜੀ ਅੰਮ੍ਰਿਤ ਛਕਿਆ ਹੋਇਆ ਕੋਈ ਤੁਹਾਡੀ ਕਈ ਵਾਰੀ ਆਪਦੀ ਹੁੰਦੀ ਹੈ ਮਨਸ਼ਾ ਕੋਈ ਹੈ ਨਾ ਕੋਈ ਸ਼ਹਿਰਾ ਲੈਣਾ ਇੱਕ ਸ਼ਹਿਰੇ ਲੈ ਲਓ ਇੱਕ ਦੋ ਜਿਹੜੇ ਹੈਗੇ ਆ ਹੈ ਨਾ ਕੋਈ ਬਾਕੀ ਚੀਜ਼ਾਂ ਸਾਰੀ ਤੁਹਾਨੂੰ ਪਜਾਮੇ ਆਹ ਕੋਟੀਆਂ ਆਹ ਸਵੈਟਰ ਸਾਰੀਆਂ ਚੀਜ਼ਾਂ ਉੱਥੇ ਦਸਤਾਰਾਂ ਸਭ ਕੁਛ ਮਿਲ ਜੂ ਤੁਹਾਨੂੰ ਪਰ ਇੱਕ ਚੀਜ਼ ਕਈ ਵਾਰੀ ਕੰਫਰਟੇਬਲ ਹੁੰਦਾ ਬੰਦਾ ਉਸ ਚੀਜ਼ 'ਚ ਹੈ ਨਾ ਉਹ ਤਾਂ ਕਹਿ ਰਿਹਾ ਤੁਹਾਨੂੰ ਬਾਕੀ ਤੁਸੀਂ ਨਹੀਂ ਵੀ ਲੈਣਾ ਤਾਂ ਕੋਈ ਮਸਲਾ ਨਹੀਂ ਹੈ ਨਾ ਇੱਕ ਆਪਣੇ ਆਧਾਰ ਕਾਰਡ ਵਗੈਰਾ ਨਾਲ ਜ਼ਰੂਰ ਲੈ ਲਿਓ ਹੈ ਨਾ ਉਹ ਲੈ ਲਿਓ ਬਸ ਠੀਕ ਹੈ ਜੀ ਬਸ ਕਰ ਦਿਓ ਬੰਦ ਆਂਟੀ
ठीक है जी, चलिए आंटी जी, चलो अज सुपन के घर चलेंगे, सुपन का घर आओ, घबरा नहीं है, चक्कर लावे, ठीक आंटी।